ਬੰਦਿਆਂ ਨੂੰ ਸਿਰੇ ਦਾ ਕੱਪ ਕਰਾਵਾਂਗੇ। ਮੇਰ ਰਹੇ ਸੱਚੇ ਪਾਤਸ਼ਾਹ ਦੀ ਨਗਰਾਂ ਤੇ ਤੰਦਰੁਸਤੀ ਰਹੇ। ਪਹਿਲਾ ਇਨਾਮ ਹੋਵੇਗਾ 2.5 ਲੱਖ ਰੁਪਇਆ ਤੇ ਦੂਸਰਾ 2 ਲੱਖ ਰੁਪਇਆ। ਬੈਸਟ ਰੇਟ ਉੱਤੇ ਜਾਫੀਆਂ ਦੇ ਲਈ ਮੋਟਰਸਾਈਕਲ ਹੋਣਗੇ। ਉੱਟਿਆ ਪਤਾ ਨਹੀਂ ਮੌਕੇ ਤੇ ਕਿਹੜੇ ਹੋ ਸਕਦੇ ਆ। ਇਹਦੇ ਸਮਾਂ ਹੀ ਦੱਸੋ ਵੀ ਬਾਈ ਤੂੰ ਵੀ ਆਪਣੇ ਦਿਲ ਦੇ ਅਨੁਮਾਨ ਪੂਰੇ ਕਰ ਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸਤਿਕਾਰਯੋਗ ਮਾਨਯੋਗ ਬੈਠੇ ਬਾਬਾ ਚਰਨਜੀਤ ਸਿੰਘ ਜੀ ਸਰਿਆਲੀ ਸਾਹਿਬ ਤੇ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਚੰਦ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਜਿੰਨੇ ਵੀ ਸਾਰੇ ਪਿੰਡ ਫਤਿਹਗੜ੍ਹ ਸਭਰਾ ਦੇ ਸਾਡੇ ਕਲੱਬ ਯੂਥ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਵੀਰੋ ਮੈਂ ਤੁਹਾਡਾ ਛੋਟਾ ਆਪਣਾ ਵੀਰ ਭਾਲ ਸਿੱਧੂ ਤੇ ਬਹੁਤ ਬਹੁਤ ਧੰਨਵਾਦ ਸ੍ਰੀ ਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲਿਆਂ ਦਾ, ਜਿਨ੍ਹਾਂ ਦੀ ਰਹਿਨਮਾਈ ਹੇਠ ਏਡਾ ਵੱਡਾ ਮੇਲਾ ਹੋ ਰਿਹਾ। ਉਹਨਾਂ ਸੰਤਾਂ ਦੀ ਬਹੁਤ ਕਿਰਪਾ ਵਾ, ਉਹਨਾਂ ਦੀ ਬੰਦਗੀ ਦੇ ਨਾਲ ਹੀ ਉਹਨਾਂ ਦੀ ਕਿਰਪਾ ਸਦਕਾ ਹੈ ਸਾਰੀ ਜਿੰਨੀ ਵੀ ਆ ਪਬਲਿਕ ਦੂਰਾਂ ਦੂਰਾਂ ਤੋਂ ਆਈ ਆ। ਇਹ ਸ੍ਰੀ ਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਤੇ ਉਹਨਾਂ ਦੇ ਮਹਾਂਪੁਰਸ਼ਾਂ ਦੇ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਘੋਲਾ ਸਿੰਘ ਜੀ ਤੇ ਸ੍ਰੀ ਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਜਿਹੜਾ ਮੇਲਾ ਅੱਜ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦੀ ਯਾਦ ਦੇ ਵਿੱਚ ਜੋੜ ਮੇਲਾ ਹੋ ਰਿਹਾ ਹੈ। ਆਓ ਤੁਹਾਡੇ ਸਾਹਮਣੇ ਦੋ ਸਿੱਖੀ ਇਤਿਹਾਸ ਦੇ ਬੋਲ ਪੇਸ਼ ਕਰਨ ਜਾ ਰਹੇ ਹਾਂ। ਕਹਿੰਦੇ ਨੇ ਜਿੰਨਾ ਇਸ਼ਕੇ ਦੇ ਸੱਲ ਸੀ ਨੇ ਝੱਲੇ ਸੋਹਣਿਆ, ਛੱਡ ਦੁਨੀਆਂ ਨੂੰ ਹੋ ਗਏ ਉਹ ਕੱਲੇ ਸੋਹਣਿਆ, ਜਿੰਦ ਚਰਖੜੀ ਦੇ ਆਰਿਆਂ ਦੇ ਨਾਲ ਚੀਰੀ ਹੋਈ ਏ, ਕੀ ਲੈਣਾ ਚੰਦਰੇ ਜਮਾਨੇ ਜੱਗ ਕੋਲੋਂ, ਅਸੀਂ ਦਸਮ ਪਿਤਾ ਦੇ ਨਾਲ ਲਾਈ ਹੋਈ ਏ, ਕੀ ਲੈਣਾ ਚੰਦਰੇ ਜਮਾਨੇ ਜੱਗ ਕੋਲੋਂ, ਅਸੀਂ ਦਸਮ ਪਿਤਾ ਦੇ ਨਾਲ ਲਾਈ ਹੋਈ ਏ। ਬਾਕੀ ਗੱਲ ਇੱਕ ਹੋਰ ਆ ਵੀਰਿਓ, ਕਹਿੰਦੇ ਕੱਲ ਯੁੱਗ ਦਾ ਜਮਾਨਾ, ਦੇਣਾ ਪੈਣਾ ਜੁਰਮਾਨਾ, ਤੀਰ ਸਾਰੇ ਹੀ ਚਲਾਉਂਦੇ ਲੱਗੇ ਕਿਸੇ ਦਾ ਨਿਸ਼ਾਨਾ, ਸਾਰੀ ਦੁਨੀਆ ਹੀ ਵਾਹਿਗੁਰੂ ਨੇ ਹਨੇਰੇ ਵਿੱਚ ਭਾਈ ਹੋਈ ਏ, ਕੀ ਲੈਣਾ ਚੰਦਰੇ ਜਮਾਨੇ ਜੱਗ ਕੋਲੋਂ, ਅਸੀਂ ਕਲਗੀਆਂ ਵਾਲੇ ਨਾਲ ਲਾਈ ਹੋਈ ਹੈ, ਅਸੀਂ ਦਸਮ ਪਿਤਾ ਦੇ ਨਾਲ ਲਾਈ ਹੋਈ ਹੈ। ਇਹ ਤੁਹਾਡਾ ਵੀਰ ਆਪਣਾ ਹਰਪਾਲ ਸਿੱਧੂ, ਉਹਨੇ ਆਖਿਆ ਜੀ ਜੇ ਤੂੰ ਕਿਸੇ ਦਾ ਹੋਇਆ ਏ ਤਾਂ ਹੋਇਆ ਰਹਿ, ਜੇ ਤੂੰ ਕਿਸੇ ਦਾ ਹੋਇਆ ਏ ਤਾਂ ਹੋਇਆ ਰਹਿ, ਜੇ ਤੂੰ ਕਿਸੇ ਲਈ ਮੋਇਆ ਏ ਤਾਂ ਮੋਇਆ ਰਹਿ, ਜੇ ਤੂੰ ਕਿਸੇ ਲਈ ਮੋਇਆ ਏ ਤਾਂ ਮੋਇਆ ਰਹਿ। ਇੱਥੇ ਕੌਣ ਕਿਸੇ ਨੂੰ ਦਿੰਦਾ, ਸਾਰੇ ਮੰਗਣ ਵਾਲੇ ਆ, ਇਹ ਸੱਪ ਜਰੀਲੇ ਸਿੱਧੂਆ ਸਾਰੇ ਡੰਗਣ ਵਾਲੇ ਆ, ਇਹ ਸੱਪ ਜਰੀਲੇ ਸਿੱਧੂਆ ਸਾਰੇ ਡੰਗਣ ਵਾਲੇ ਆ। ਹਰਪਾਲ ਸਿੱਧੂ ਤੁਹਾਡੇ ਮੈਂ ਛੋਟਾ ਦਾਸ ਵੀਰ, ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਫਤਿਹਗੜ੍ਹ ਸਭਰਾ ਦੇ ਸਰਦਾਰ ਹਰਭਜਨ ਸਿੰਘ ਜੀ ਔਰ ਜਿੰਨੇ ਵੀ ਮੇਰੇ ਵੀਰ ਸਨਮਾਨ ਕਰ ਰਹੇ, ਬਹੁਤ ਬਹੁਤ ਧੰਨਵਾਦ ਆ। ਸੋ ਸਾਡੇ ਪਿੰਡ ਦੇ ਪੰਚ ਸਰਪੰਚ ਸਾਰੇ ਮਾਣ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਸਰਦਾਰ ਨਿੰਦਰ ਸਿੰਘ ਜੀ ਮੇਰੇ ਚਾਚਾ ਜੀ, ਸਰਦਾਰ ਗਿੱਲ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਆਖਦੇ ਨੇ ਕੀ ਕਹਿੰਦੇ ਨੇ, ਕਹਿੰਦੇ ਜਿਹੜਾ ਆਖਦੇ ਨਸਾਂ ਨੂੰ ਘੁੱਟ ਕੇ ਖਤਮ ਕਰਦੇ ਅਖਰਾਹ ਤੇ ਉਹੀ ਜ਼ਹਿਰ ਹੁੰਦਾ, ਉਹ ਜਿਹੜਾ ਪੈਰ ਤੇ ਗੱਲ ਤਿਆਰ ਕਰਦੇ ਅਖਰਾਹ ਤੇ ਉਹੀ ਸ਼ਹਿਰ ਹੁੰਦਾ, ਅਖਰਾਹ ਤੇ ਉਹੀ ਸ਼ਹਿਰ ਹੁੰਦਾ। ਮੈਂ ਸੰਤਾਂ ਦੀ ਗੱਲ ਲਿਖੀ, ਕਹਿੰਦੇ ਕਿ ਕਰੋਨਾ ਚੱਲਦੀ ਆ, ਅਸੀਂ ਕਰੋਨਾ ਦੀ ਗੱਲ ਲਿਖੀ ਗਈ ਕਿ ਕਰੋਨਾ ਉਹਨਾਂ ਨੂੰ ਲੱਗਦੀ ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦਾ ਸਿਮਰਨ ਨਾਮ ਹੈ ਨੀ, ਕਿਹਨਾਂ ਦੇ ਕੋਲੇ ਨਾਂ ਨੀ ਹੈਗਾ ਕਰੋਨਾ ਉਹਨਾਂ ਦੇ ਕੋਲੇ ਨੀ ਆਉਂਦੀ, ਜਿਨ੍ਹਾਂ ਦੇ ਕੋਲੇ ਸ਼ਹੀਦ ਸਰਦਾਰ ਬਾਪੂ ਸ਼ਾਮ ਸਿੰਘ ਤਾਰੀ ਰਹਿੰਦੇ ਆ ਉਹਨਾਂ ਦੇ ਕੋਲੇ ਕਿਵੇਂ ਕਰੋਨਾ ਆ ਸਕਦੀ ਆ। ਆਓ ਕਰੋਨਾ ਦੇ ਦੋ ਬੋਲ ਲਿਖੇ ਆ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ। ਲੋਕੀ ਫਿਰਦੇ ਨੇ ਡਰਦੇ ਕਰੋਨਾ ਤੋਂ, ਸੰਤ ਵਾਹਿਗੁਰੂ ਦਾ ਨਾਮ ਜਪਦੇ ਓਏ ਅੱਲਾ ਕੀਤੇ ਗੌਡ ਮੌਲਾ ਬੰਦਿਆ, ਉਹ ਜੇ ਤੂੰ ਸਮਝੇ ਤਾਂ ਰੌਲਾ ਕੋਈ ਨੀ ਬੰਦਿਆ, ਜਿਹੜੇ ਮਰੇ ਨੇ ਤੇ ਲੱਗਾ ਨਾ ਕਰੋਨਾ ਦਾ। ਮੇਰੇ ਵੱਡੇ ਵੀਰ ਸਰਦਾਰ ਕੁਲਵੰਤ ਸਿੰਘ ਜੀ ਤੇ ਸਰਦਾਰ ਬਲਕਾਰ ਸਿੰਘ ਜੀ ਮੇਰੇ ਚਾਚਾ ਸਾਹਿਬ ਸੁਰਗਵਾਸੀ, ਉਹਨਾਂ ਦੇ ਵੱਡੇ ਬੇਟੇ, ਬਹੁਤ ਬਹੁਤ ਧੰਨਵਾਦ ਆ। ਬਹੁਤ ਬਹੁਤ ਖਾਲਸਾ ਟੈਂਟ ਹਾਊਸ ਦੀ ਬਹੁਤ ਬਹੁਤ ਤਾੜੀ ਲਾ ਦਿਓ ਵੀਰ ਜੀ, ਜੇ ਤੁਹਾਨੂੰ ਸਾਡੀ ਗੱਲ ਚੰਗੀ ਲੱਗਦੀ ਆ ਤੇ ਸ਼ਹੀਦ ਸਰਦਾਰ ਸ਼ਾਮ ਸਿੰਘ ਤਾਰੀ ਦੀ ਯਾਦ ਦੇ ਵਿੱਚ ਇੱਕ ਵੱਡਾ ਤਾੜਾ ਹੋ ਜਾਏ। ਅੱਲਾ ਕੀਤਾ ਗੌਡ ਮੌਲਾ ਬੰਦਿਆ, ਜੇ ਤੂੰ ਸਮਝੇ ਤਾਂ ਰੌਲਾ ਕੋਈ ਨੀ ਬੰਦਿਆ, ਜਿਹੜੇ ਮਰੇ ਨੇ ਤੇ ਲੱਗਾ ਨਾ ਕਰੋਨਾ ਦਾ, ਉਹ ਲਿਖੀਆਂ ਦਾ ਹਿਸਾਬ ਕਰਦੇ। ਲੋਕੀ ਫਿਰਦੇ ਨੇ ਡਰਦੇ ਕਰੋਨਾ ਤੋਂ, ਸੰਤ ਵਾਹਿਗੁਰੂ ਦਾ ਨਾਮ ਜਪਦੇ, ਸੰਤ ਵਾਹਿਗੁਰੂ ਦਾ ਨਾਮ ਜਪਦੇ, ਸੰਤ ਜਪਦੇ ਤੇ ਨਾਮ ਰਹਿ ਜਪਾ ਜੀ, ਰਹਿ ਸੰਗਤਾਂ ਨੂੰ ਸਿੱਧੇ ਰਾਹੇ ਪਾ ਜੀ, ਸੰਤ ਜਪਦੇ ਤੇ ਨਾਮ ਰਹਿ ਜਪਾ ਜੀ, ਰਹਿ ਸੰਗਤਾਂ ਨੂੰ ਸਿੱਧੇ ਰਾਹੇ ਪਾ ਜੀ। ਬਾਣੀ ਕੱਟ ਦੀ ਹੈ ਗੇੜ ਜੋ 84 ਦਾ, ਜਿਹੜੇ ਪੜਦੇ ਤੇ ਪਾਰ ਲੰਘਦੇ। ਲੋਕੀ ਫਿਰਦੇ ਨੇ ਡਰਦੇ ਕਰੋਨਾ ਤੋਂ,
संत वाहगुरु का नाम जपते आओ इना कुछ कहते हुए खमां ते जाजक वाहगुरु जी का खालसा वाहगुरु जी की फतेह। वाहगुरु बूटे आ मेरा वीर बूटा उमरी आना राजवीर सिंह वाला सुखराज रोडे है सारे बुलारियों का मैं सत्कार करदा। उधर सरदार जगजीत सिंह जी यूएसए उन्होंने फादर साहब सर केवल सिंह जी साढ़े सरपंच साहब साढ़े विशेष तौर पर पुजे ने लोके खुरद वाले मान सम्मान कर जा रहे हैं 10,000 की नकद राशि के नाल तीनों बुलारियों का बहुत बहुत धन्यवाद। बहुत बहुत धन्यवाद बहुत सत्कारयोग छोटा वीर भाई जगजीत सिंह जी यूएसए च रहिंदा जी का 1.5 लाख रुपए का बहुत बड़ा योगदान अज दे इस कबड्डी कप दे विच है। सर केवल सिंह जी का परिवार है सरदार जगतार सिंह जी सरपंच साहब बहुत ही सत्कारयोग शशीता फाइनल मैच है भाई दोनों टीम आ गई गुरविंदर जी कराइए फिर मैच फाइनल मैच दर्शक वीरो शुरू हो जा रहा जित हार दे फैसले लगे ने होन लोको एन सिरे दा मैच एक पासे चोला साहब ते दूजे पासे याद कबड्डी क्लब न्यूजीलैंड कोच साहब कहिंदे भी सुन लैण साडे प्रेयर टच भी गिने जाने आ दो कबड्डियां पैणियां ते तीजी नहीं पैणी जगदीप सिंह जी रोडे वाले पिंड के भरा साडे उन्हां वल्लों हरेक कबड्डी दे उत्ते हर जफे ते दो ही पासे कहिंदे साडे लई दोनों टीमां इक आ जगदीप साडा भरा अमेरिका यूएसए वाला रोडिया वाला वह कहिंदा भाई रोडेवाल वो भरा कहिंदा भी आपां जिहड़ा पर जफे का दो ही पासे बूटे वीर 500 दे रोड देने हैं बूटे आ जा फिर बाइक लै लै नाल छोटा वीर सुखराज रोडे मिल के आ फाइनल मैच की कमेंट्री करांगे। बहुत बहुत धन्यवाद छोटा वीर हाँ जी ग्राउंड क्लीयर कर दिए जी ग्राउंड मेरी बेनती है भरावां नूं वीर बन के फाइनल मैच अज का पहला प्राइज साढ़े सरदार हरजिंदर सिंह जी होंगकोंग और नाल कहिंदे 1.5 लाख के वड्डे रोल अदा कीते आ दूजा प्राइज जगजीत सिंह जी जट्टावाली पिंड है वड्डे भाई का अमरीका दे विच रहण बसेरे आ सरदार केवल सिंह जी जट्टावाली के पुत्र ने अज दूजा प्राइज 1 लाख रुपया देना है ते कुल मिला के 1.5 लाख के वड्डे योगदान अज दे कबड्डी वड्डे कप लई। वीरो फाइनल मैच आ एक तो जिन्हें स्टेज के नेड़े हो पिछले पासे ते एक ग्राउंड च जिन्हों की ड्यूटी उस बिना बंदा और कोई ना रवे वेखो फाइनल मैच आ आपां इहनूं खराब नहीं करना बड़ा वधिया मैच आ बाकी गल्लां बात आपां फिर करांगे। बहुत धन्यवाद भाई जी टीमां जिहड़े जिहड़े कोच ने मेरी बेनती है थोड़ा कंट्रोल करने नाल वीरां दे उपर मैं कोचां दा धन्नवाद करदा जिहड़े स्पेयर प्लेयर होणगे बैठ जाणगे कृपा करके कैमरे वाले वीरां नूं बेनती आ थोड़ा तुर फिर के ना मैचों का आपां आनंद माणना और उतले बन्ने धन्नवाद करदे आ वड्डे वीर सत्ता फिरोजपुरी न्यूजीलैंड जैज न्यूजीलैंड अमन न्यूजीलैंड ते प्रीत न्यूजीलैंड जिहड़े वीरां ने कहिंदे याद कबड्डी क्लब न्यूजीलैंड की टीम उतारी है मैदान दे विच ते दूसरे बन्ने कहिंदे सत्ता खैरा कनेडा वाला वड्डा भाई साडा नाल कहिंदे गुरसेव कराणा प्रधान ते नाल अमरीका वाला कीपा टांडा सुखा दावा कुक टैर ते करन कलवीर होरां दी टीम आ जिहड़ी चोला साहिब एन चोटी दीआं टीमां दे दरमियान अज दा फाइनल खेडिया जाएगा। हैलो वड्डा धन्नवाद है गुरनैल सिंह जी गिल साहब दा और निर्मल सिंह जी बिल्ला गुरविंदर सिंह जी डल्ले का सारी प्रबंध कमेटी के जिन्हें भी भरा साढ़े सत्कार जो वीर आ जिन्होंने मिलकर चोटी का मेला करवाया मैं सारे वीर का गह गड़मा धन्यवाद करदा साडे भरावां का सत्कार है मान है गुरप्रीत संधु का भी धन्यवाद सारी क्लब के अहदेदार वीर भाई जी ग्राउंड क्लीयर करिए ग्राउंड हाँ वेख लो भी गिल साहब मेरे को आया चल के भी साडी कमेटी का कोई भी बंदा ग्राउंड के नहीं जे कट है तो थोड़ा मेरी बेनती है प्लेयरों के बिना भरा बन के थोड़ा साइड में पिछे न हो जाओ कलेर साहब थोड़िया जिम्मेवार सामभ लो भरा बन के
ਆਪਾਂ ਕਿ ਵਧੀਆ ਫਾਈਨਲ ਦਿਖਾਉਣਾ ਅੱਜ ਦੇ ਮੇਲੇ ਦਾ ਸ਼ਹੀਦ ਸਰਦਾਰ ਸ਼ਾਮ ਸਿੰਘ ਦੀ ਅਟਾਰੀ ਯਾਦਗਾਰੀ ਕਬੱਡੀ ਕੱਪ 2022 ਦਾ ਸਾਲ 19 ਫਰਵਰੀ ਦਾ ਦਿਨ ਤੇ ਅੱਜ ਦਾ ਸੁਪਰ ਫਾਈਨਲ ਜਿਹੜਾ ਖੇਡਿਆ ਜਾਵੇਗਾ ਪ੍ਰੀਤ ਦੀ ਸੌਣ ਦਾ ਧੰਨਵਾਦ ਸਤਿਗੁਰ ਬੈਰੀਗੇਡ ਕੈਰੋਂ ਦਾ ਸਾਰੇ ਰੈਫਰੀ ਵੀਰਾਂ ਦਾ ਤੇ ਸਾਰੇ ਬੁਲਾਰਿਆਂ ਦਾ ਤੇ ਦਿਲ ਦੀਆਂ ਗਰਾਨੀਆਂ ਵਿੱਚੋਂ ਧੰਨਵਾਦ ਹੈ ਜਗਜੀਤ ਸਿੰਘ ਦੀ ਅਮਰੀਕਾ ਜੱਟਾਂ ਵਾਲੀ ਪਿੰਡ ਦਾ ਦੋਨੇ ਟੀਮਾਂ ਜਲਦੀ ਸਾਈਡਾਂ ਲੈ ਲੈਣ ਲਓ ਕਹਿੰਦੇ ਬੜਾ ਵਧੀਆ ਮੁਕਾਬਲਾ ਖੇਡ ਗਰਾਊਂਡ ਦੇ ਅੰਦਰ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਦੇ ਦਿਨ ਦਾ ਵੱਡਾ ਫਾਈਨਲ ਲੈ ਵੀ ਦਰਸ਼ਕ ਵੀਰੋ ਫਾਈਨਲ ਤੋਂ ਪਹਿਲਾਂ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਐਨ ਸਿਰੇ ਦਾ ਟੂਰਨਾਮੈਂਟ ਹੋ ਗਿਆ ਪਹਿਲੇ ਮੈਚ ਤੋਂ ਲੈ ਕੇ ਲੈ ਵੀ ਗੁਰਨੈਬ ਭਾਈ ਐਨ ਦੁਨੀਆਂ ਨੇ ਸਵਾਦ ਲਿਆ ਆਹ ਮੁਕਾਬਲਾ ਵੀ ਕਹਿੰਦੇ ਦੰਦਾਂ ਥੱਲੇ ਜੀਵ ਲੈ ਕੇ ਦੇਖਣ ਵਾਲਾ ਹੋਣਾ ਦੋ ਵੱਡੀਆਂ ਟੀਮਾਂ ਵੱਡੇ ਮੱਲਾਂ ਦੇ ਨਾਲ ਭਰੀਆਂ ਹੋਈਆਂ ਪਹਿਲੀ ਕਬੱਡੀ ਪਾਉਣ ਦੇ ਲਈ ਕਹਿੰਦੇ 16 ਦਾ ਗੁਰਲਾਲ ਤਿਆਰ ਹੈ ਲਓ ਕਹਿੰਦੇ ਪਹਿਲੀ ਰੇਡ ਗੁਰਲਾਲ ਸੋਹਲ ਨੇ ਪਾ ਦਿੱਤੀ ਹੈ ਚਾਰ ਜਾਫੀ ਕਹਿੰਦੇ ਤਿਆਰ ਬਰ ਤਿਆਰ ਨੇ ਅਯਾਲ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ ਖੇਡ ਰਹੀ ਹੈ ਇੱਕ ਪਾਸੇ ਹੁਸ਼ਿਆਰਾ ਬੋਪਰ ਵਾਲਾ ਆਹ ਪਹਿਲੀ ਕਬੱਡੀ ਤੇ ਕੋਸ਼ਿਸ਼ ਕਰ ਰਿਹਾ ਲਓ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਮੁਕਾਬਲਾ ਸਖ਼ਤ ਹੈ ਪਰ ਨੰਬਰ ਕਹਿੰਦੇ ਰੇਡਰ ਦੇ ਉੱਤੇ ਜਾ ਜਿਹੜਾ ਅਗਲੀ ਰੇਡ ਆਹ ਮੁੰਡੇ ਨੇ ਕਹਿੰਦੇ 3 ਸਪੀਡ ਨਵਾਂ ਸੋਨਾਲੀਕਾ ਨੰਗਲ ਅੰਬੀਆਂ ਦੇ ਵਿੱਚੋਂ ਜਿੱਤਿਆ ਲਓ ਕਹਿੰਦੇ ਟਰੈਕਟਰ ਦਾ ਜੇਤੂ ਕਬੱਡੀ ਮਾਰਿਆ ਉਧਰਲੇ ਬੰਨੇ ਅੱਜ ਦੇ ਜਿਹੜੇ ਬੈਸਟ ਆਉਣਗੇ 31,000 ਦਿੱਤਾ ਜਾਣਾ ਪ੍ਰਬੰਧ ਕਮੇਟੀ ਵੱਲੋਂ 31,000 ਗੁਰਮੀਤ ਸਿੰਘ ਜੀ ਸਾਡੇ ਆਓ ਕਹਿੰਦੇ ਮੱਲਾ ਮਾਲੇ ਦੇ ਹੈੱਡ ਮੁੰਸ਼ੀ ਸਾਹਿਬ ਵੀਰ ਦਾ ਵੱਡਾ ਧੰਨਵਾਦ ਇੱਕ ਚੋਟੀ ਦਾ ਫਾਈਨਲ ਖੇਡਿਆ ਜਾ ਰਿਹਾ ਗੁਰਲਾਲ ਕਨੇਡਾ ਜੀ ਆਖਦੇ ਆ ਵੀਰਾ ਜਿੰਨੇ ਜੱਫੇ ਲਾਵੇਗਾ ਹਰ ਜੱਫੇ ਦਾ 500 ਦਿੱਤਾ ਜਾਵੇਗਾ ਨਾਲ ਸਾਡਾ ਵੀਰਾ ਜਗਦੀਪ ਅਮਰੀਕਾ ਰੋਡੇ ਵਾਲਾ ਪਿੰਡ ਹੈ ਜਿੱਧਰ ਮਰਜ਼ੀ ਜੱਫਾ ਲੱਗੇ ਹਰ ਜੱਫੇ ਦਾ 500 ਦਿੱਤਾ ਜਾਣਾ ਹੈ ਜਗਜੀਤ ਅਮਰੀਕਾ ਅੰਕਲ ਸਰਦਾਰ ਹਰਜਿੰਦਰ ਸਿੰਘ ਜੀ ਜੌੜੀਆ ਸਾਹਿਬ ਗੁਰਬਖਸ਼ ਸਿੰਘ ਜੀ ਕੈਰੋਂ ਸਾਡੇ ਵੱਡੇ ਵੀਰਾਂ ਦਾ ਵੱਡਾ ਧੰਨਵਾਦ ਹੈ ਨਾਲ ਤੇਜਾ ਕਬੱਡੀ ਖਿਡਾਰੀ ਪੁੱਜ ਆਇਆ ਪਹਿਲਾ ਪ੍ਰਾਈਜ਼ ਤੇ ਕਹਿੰਦੇ ਪੰਜਾਬ ਲਾਈਵ ਨੂੰ ਸਪਾਂਸਰ ਕੀਤਾ ਜੌੜੀਆ ਸਾਹਿਬ ਦਾ ਗੱਡਵਾਂ ਧੰਨਵਾਦ ਦੁਕਾਨ ਵਾਲੇ ਲੱਡੂ ਦੀ ਰੇਡ ਪੈ ਰਹੀ ਹੈ ਲੈ ਵੀ ਸਗਰਾਜ ਕਰਦੇ ਗੱਲ ਪੈਂਦੀ ਕਬੱਡੀ ਲਓ ਕਹਿੰਦੇ ਲੱਡੂ ਦੁਕਾਨ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵੱਧ ਆਇਆ ਸਿਰੇ ਦਾ ਮੁਕਾਬਲਾ ਹੈ ਇੱਥੋਂ ਗਰਾਊਂਡ ਕਲੀਅਰ ਕਰਦੇ ਜੀ ਸਟੇਜ ਦੇ ਸਾਹਮਣੇ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਤੇ ਚਾਰਾਂ ਦੇ ਵਿੱਚੋਂ ਕੌਣ ਆਓ ਇਸ਼ਾਰਾ ਹੋ ਗਿਆ ਵੀ ਨੰਬਰ ਰੇਡਰ ਦੇ ਉੱਤੇ ਜਾ ਜੜਿਆ ਹਰਪ੍ਰੀਤ ਹੈਪੀ ਵੀਰਾਂ ਦਾ ਵੀ ਅਗਲੇ ਸਾਲ ਲਾਈਵ ਦੀ ਸੇਵਾ ਮੇਰੇ ਵੱਲੋਂ ਹੋਵੇਗੀ ਤੇ ਉੱਧਰ ਗੁਰਦੇਵ ਸਿੰਘ ਜੀ ਦੁਬਈ ਵਾਲੇ ਜਸਨੂਰ ਟਰਾਂਸਪੋਰਟ ਵਾਲੇ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਆਉਂਦੇ ਆ ਵੀ ਅਗਲੇ ਸਾਲ 2.5 ਲੱਖ ਤੇ 2 ਲੱਖ ਵੱਡੇ ਪ੍ਰਾਈਜ਼ ਹੋਣਗੇ ਪਰ ਕਹਿੰਦੇ ਨਦੌਰ ਦਾ ਮਨਜਿੰਦਰ ਕਬੱਡੀ ਭਾ ਰਿਹਾ ਆਓ ਹੁਸ਼ਿਆਰਾ ਬੋਪਰ ਵਾਲਾ ਕਹਿੰਦੇ ਬੜੀ ਦੂਰ ਤੋਂ ਸੱਦਿਆ ਆਓ 35 ਰੇਡ ਲੱਗਦਾ ਜ਼ੋਰ ਆਓ ਨੰਬਰ ਕਹਿੰਦੇ ਮਨਜਿੰਦਰ ਨੇ ਜ਼ੋਰ ਦਿੱਤਾ ਅਗਲੀ ਰੇਡ ਲੈ ਵੀ ਬੂਟੇ ਵੀਰ ਵਿੱਕੀ ਆ ਗਿਆ ਲਓ ਕਹਿੰਦੇ ਵਿੱਕੀ ਕਪਿਆਲ ਦੀ ਧਰਤੀ ਦਾ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਅਰਸ਼ ਸੱਤਾ ਬਾਈ ਕਹਿੰਦਾ ਕੈਨੇਡਾ ਤੋਂ ਉਹ ਆਪਣਾ ਭਰਾ ਹੈ ਕਹਿੰਦੇ ਚੋਲੇ ਵਾਲਾ ਅੱਜ 31,000 ਹੈ ਕਰਨ ਕਲਵੀਰ ਦੀ ਟੀਮ ਹੈ ਵਿੱਕੀ ਕਪਿਆਲ ਦੇ ਮੂਹਰੇ ਚੋਲੇ ਵਾਲਾ ਅਰਸ਼ ਵਿੱਕੀ ਭੱਜ 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 ਪਰ ਡੀਟੀਓ ਖੜ ਗਿਆ ਪਹਾੜ ਬਣ ਕੇ ਖੜ ਗਿਆ ਪਹਾੜ ਤੇ ਨੰਬਰ ਕਪਿਆਲ ਵਾਲੇ ਵਿੱਕੀ ਨੇ ਵਿੱਕੀ ਬੜਾ ਤਗੜਾ ਹੈ ਮੇਰੇ ਮਿੱਤਰੋ ਚੋਟੀ ਦਾ ਨੰਬਰ ਇਹ ਬਿੱਲਾ ਜੌਲ ਕਬੱਡੀ ਪਾ ਰਿਹਾ ਉਹ ਕਹਿੰਦੇ ਵੀ ਕਾਜੂ ਰਣੀ ਕੇ ਪਿੰਡ ਵਾਲਾ ਬੱਬੂ ਝਨੇੜੀ ਤੇ ਨੰਬਰ ਬਿੱਲੇ ਦਾ ਬੋਲ ਸੁਖਰਾਜ ਦੇ ਅਗਲੀ ਕਬੱਡੀ ਕਹਿੰਦੇ ਮੱਖਣ ਸੰਧੂ ਆ ਗਿਆ ਮੱਖੀ ਕਲਾ ਪਿੰਡ ਹੈ ਆਓ ਕਹਿੰਦੇ ਮਾਝਾ ਐਕਸਪ੍ਰੈਸ ਨੇ ਅਗਲੀ ਰੇਡ ਪਾਉਣੀ ਆ ਸਿਰੇ ਦਾ ਮੁਕਾਬਲਾ ਦੋ ਵੱਡੀਆਂ ਟੀਮਾਂ ਦੇ ਦਰਮਿਆਨ ਲਓ ਮੱਖਣ ਸੰਧੂ ਮੱਖੀ ਕਲਾ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚੋਲਾ ਸਾਹਿਬ ਦੇ ਚਾਰ ਜਾਫੀ ਹੈ ਇੱਕ ਪਾਸੇ ਦੁਨੀਆਂ ਦਾ ਵੱਡਾ ਸਟਾਰ ਅਰਸ਼ ਲੱਗਾ ਹੋਇਆ ਲਓ ਦੂਸਰੀ ਕੰਨੀ ਤੇ ਤੇਜਾ ਸਿੰਘ ਵਾਲਾ ਪਿੰਡ ਹੈ ਇਹਨੂੰ ਗੋਪੀ ਆਉਂਦੇ ਆ ਆਓ ਬੱਲੇ 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 ਆਓ ਸਿਰੇ ਦਾ ਜੱਫਾ ਕਹਿੰਦੇ ਲਾ ਕੇ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਉਧਰ ਜਗਦੀਪ ਸਿੰਘ ਜੀ USA ਸਰਫ ਸਰਦਾਰ ਪਰਮਜੀਤ ਸਿੰਘ ਜੀ ਨਾਲ ਰਾਜਦੀਪ ਸਿੰਘ ਜੀ ਤੇ ਜਸਵਿੰਦਰ ਕੈਨੇਡਾ ਜੀ ਆਖ ਰਿਹਾ ਵੀ ਅਗਲੇ ਸਾਲ ਬੈਸਟਾ ਨੂੰ ਸਪਲੈਂਡਰ ਮੋਟਰਸਾਈਕਲ ਸਾਡੇ ਵੱਲੋਂ ਦਿੱਤੇ ਜਾਣਗੇ ਆਓ 2023 ਦਾ ਸਾਲ ਹੋਵੇਗਾ ਤੇ ਵੱਡਾ ਕੱਪ ਹੋਣਾ ਮੇਰੇ ਮਿੱਤਰੋ ਉਧਰਲੇ ਬੰਨੇ ਬੱਬੂ ਸੰਧੂ UK ਵਾਲਾ ਵੀਰ ਆ ਸਾਡਾ ਗੋਪਾ ਸੰਧੂ ਤੇ ਗੋਨਾ ਸੰਧੂ ਸਾਡਾ ਵੀਰ ਅੱਜ ਦੇ ਮੇਲੇ ਨੂੰ ਲਾਈਵ ਟੱਕ ਰਹੇ ਆ ਵੱਡਾ ਮੇਲਾ ਕਰਵਾਉਣਾ ਗਗੜੇ ਪਿੰਡ ਦੇ ਸਾਰੇ ਵੀਰਾਂ ਨੇ ਮਿਲ ਕੇ ਲਓ ਉਧਰਲੇ ਬੰਨੇ ਕੈਰੋ ਵਾਲਾ ਗੋਪੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਹਦੇ ਚਰਚੇ ਆ ਦੁਨੀਆਂ ਦੇ ਵਿੱਚ
एन समय जसा अज तक कहते चोले वाले भरा फड़ने पैने अज तार डकने पैने एक कबड्डी है आ बनाले वाला बबला आओ दलवाग अमरीका वाले दे पिंड का मान लो आओ चोटी का जफा ला गया जगदीप अमरीका तो कहना साड़ा भरा जिन्ने जफे लगन गए हर जफे का पांच पांच सौ दिता जाएगा आओ पैंती फिर रेट दिराज कर दो गल आओ कहते सुखा मगा कबड्डी पाने के लिए वाधा होया कि बार ग्राउंड के प्यार पूरा बिच ग्राउंड के एंटी एक दूजे नू चाड़न गभरू पूरे होके फेंटी पुत बगाने बदला लेंदे मारी थापी का ये चढ़ जे कन्नी ते रेडर आओ छड़ना कम नहीं जाफी दा पर इधर फैसले की है भी नंबर कहते जाफिया के हिस्से कहते नंबर चनेरी वाले बब्बू ने अपनी टीम लिए जोर दिता प्रबंध कमेटी वाले वीर ने पहला प्राइज उधर जगदीप यूएसए उन्होंने वालों बब्बू झनेड़ी के लिए 500 के बड़े मारे उधरले बने सत्ता फिरोजपुरी न्यूजीलैंड रहा भरा साडा एलमे वाला पिंड है वीर का कहता भीम की हरेक रेड एक एक हजार दी आओ गोपी तेजा सिंह ने कमाल करती है खालसा टेंट हाउस का गह गडमा धर्म का बड़ी सेवा साडे भरावां दी खालसा टेंट हाउस आओ कहिंदे नूर दी धरती का मनिंदर कबड्डी पा रहा है उरली कनी ते कहिंदे मल कबड्डी का गल्लां कहिंदे ध्याने दीआं गल्लां सत्ती आओ दड़बे वाला मेरे मित्रों एन संगरूर की धरती है सिरे सिरे दे खिडारी अज दे मेले ते पुज्जे होए है रेड पैकी लड्डू दी ते बोल लो कहते जफा लगे बब्बू ने जफा ला दिता है अगली रेड कहते दुकान पिंड लड्डू आख लिया और बिट्टू ने सिरे की कबड्डी खेली है उधर जगदीप यूएसए वीर दे वल्लों कहते बब्बू झनड़ी दे 500 दे मन प्यार आ गया है इधर साडे काका कोच जी वड्डी जिम्मेवारी लो उधरले बंदे कहते जिन्ने नंबर मक्खण ते जिन्ने नंबर भीम प्राप्त करेगा हर कहते जफे का हर नंबर का एक एक हजार रुपया न्यूजीलैंड वाला साडा वीर सत्ता फिरोजपुरिया अमन न्यूजीलैंड प्रीत बागा प्राणा ते नाल कहिंदे जायज धारीवाल न्यूजीलैंड वाले वीर ऐलान कर गए है आ बिल्ले दी पैरी रेड इहदा कहिंदे प्यार है चम्मे वाले रेशम दे नाल आ पवित्र भरा साडा ए भीरा सरहाली गुरलाल कनेडा कहिंदा जिन्ने जफे भीरा लाऊगा हर जफे दा पंज 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 सौ दिता जाएगा आओ सिरे का मुकाबला खेडा जा रहा है उधरले बने सत्ता खैरा साडा वीर है कनेडा वाला इस इलाके का आओ जिहदा प्यार है अर्श दे नाल आओ चोटी का मुकाबला चोटी का मैच आ मक्खण की कबड्डी आ दुनिया के चर्चा 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 छिड़ी हुई है बबला बनाला आओ बल्ले 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 कबड्डी 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 तारियां 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 आ सिरा हो जा रहा देखो किन्ना किन्ना जोर लग गया आओ बनाले वाले बबले का मक्खण का आओ कहते कोठे जिदा मान लो इधरले बने याद कबड्डी क्लब न्यूजीलैंड के वेड़े आया है हम देखा बोपर वाला शियारा जां भीरा सरहाली जां कहिंदे झनेड़ी वाला बब्बू जां काजू रणी के पिंड वाला मेरे मित्रों आ मल फड़ना भी औखा ए आ बोपर वाला शियारा पाउंदा 31,000 नूं हाथ आओ बोपर वाला शियारा जफा लाउंदा बड़ा न्यारा आओ कहिंदे कमाला कर गया उधर कहिंदे जगदीप यूएसए वीर दे वल्लों होशियार दे लई 500 दे बड़े मान प्यार आ गया बड़े मान प्यार आ गया पर इधर कहिंदे गोपी आ गया कैरों वाला कि मैच फाइनल का फैसला हो जाना केड़ा जितदा केड़ा हारदा जी केड़े गभरू ने किन्ने दम पाए कौन जफ्फिया च मल्ला मारदा जी चर्चा कुछ ही पलां विच हो जानी ध्यान इधर कुल संसार दा जी राजे खेले दी कर्म जो शब्द निकले सुखराज रोंदे है सच उचारदा उचारदा जी उधर बने कबड्डी पै रही है चार कत्ती कत्ती हजार जिहड़ी पहले नंबर ते आउंदी आ 1.25 लाख जिहड़ी दूजे नंबर ते लख आओ कहिंदे बोपर वाला शियारा टुट टुट के लगता है दुगली वाला भीम है एक बने चोला साहब खेल रही है ते दूसरे बने याद कबड्डी क्लब न्यूजीलैंड फिरोजपुरी सत्ते दी बनाई टीम अमरवीर सरपंच होरां दी पमन बाई दी पवित्र बाई होरां दी बनाई हुई टीम है एन चोटी का मैच सत्ता फिरोजपुरी कहिंदा जिन्ने नंबर भीम दुगली वाला लवेगा
हर नंबर का एक एक हजार दिता जाएगा रेडा के उपर रेड पैग के स्क्रैच कर दो गल लो कहते नदौर पिंड अमरजिंदर का कहते अगली कबड्डी खेल मैदान पै रही है फाइनल चल रहा है कहते फतेहगढ़ सभरा बड़े मेले का फाइनल चल रहा है मोंटी ऑस्ट्रेलिया साडा वीरा सुखा दुबई आओ सामने पैंदी रेड ते आओ गल मुश्किल बन गई है आओ बल्ले बल्ले हो जा रही है आओ टंडोली वाले लखे का चुंडी का यार और रणी के पिंड काजू का आओ कहते काजू रणी के पिंड वाला मेरे मित्रों हो ही जाता मैच जिन्हों साना वाला भेड़ कहते जाफिया तावी का जिन्हों एड गेड़ कहते जगदीप वीर है रोडे वाला पिंड अमरीका का वसनीक है हर जफे का 500 है सरदार हरजिंदर सिंह जी जौड़िया साहब वड्डा धन्नवाद है आम मेले के सरप्रस्त ने अपने बड़े वीर सरदार गुरबख्श सिंह जी कैरो साहब नाल चेचे तौर पर पुजे हुए हैं शिंगार सिंह जी चेयरमैन साहब आए हुए हैं आओ कहते बनाले वाला बबला आओ बबला बनाले वाला उगे समाज सेवी के पिंडा का यह अमरीका वाले दलबाग के पिंड है आओ दुनिया च वे चर्चे है बिले की रेड पै रही है आजाद कबड्डी कुंडिया दे मित्रों बहजो गोडी ला के बबू झड़ी ने जफा ला दिता कुलविंदर फौजी जी आख रहा है चोले वाले अर्श के तीन जफ्या 2100 ਦੇ ਵੱਡੇ ਮਾਰ ਪਿਆਰ ਹੋ ਕੇ ਕੁਲਵਿੰਦਰ ਫੌਜੀ ਸਾਡਾ ਵੀਰ ਆ ਗਿਆ ਮੌਂਟੀ ਆਸਟ੍ਰੇਲੀਆ ਦਾ ਹਰ ਕਹਿੰਦੇ ਸੁਖੇ ਦੁਬਈ ਵਾਲੇ ਦਾ ਧੰਨਵਾਦ ਹੈ ਉਧਰਲੇ ਬੰਨੇ ਸਰਦਾਰ ਰਿੰਦਰ ਸਿੰਘ ਜੀ ਜਥੇਦਾਰ ਸਾਹਿਬ ਹਰਭਜਨ ਸਿੰਘ ਜੀ ਪ੍ਰਧਾਨ ਵੱਡੇ ਬਾਈ ਦਾ ਧੰਨਵਾਦ ਹੈ ਲੈ ਵੀ ਨਰਮਲ ਬਿੱਲੇ ਬਾਈ ਵਾਹਿਗੁਰੂ ਦੀ ਮਿਹਰ ਨਾਲ ਸ਼ਹੀਦਾਂ ਦੀ ਕਿਰਪਾ ਨਾਲ ਇਹ ਮੇਲਾ ਸਜਦਾ ਇਹ ਸਾਹਮਣੇ ਆਓ ਮੈਂ ਦੇ ਨੰਬਰ ਰੇਡਰ ਦਾ ਉਧਰ ਸਾਡੇ ਗੁਰਸੇਵਕ ਸਿੰਘ ਜੀ ਰਾਣਾ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਚੋਲੇ ਦੇ ਅਰਸ਼ ਦੇ ਤਿੰਨ ਜੱਫਿਆਂ ਦਾ 1100 ਹੋਵੇਗਾ ਇਹਦੀਆਂ ਤਿੰਨ ਰੇਡਾਂ ਮੌਂਟੀ ਆਸਟ੍ਰੇਲੀਆ ਗੁਰਲਾਲ ਦੀਆਂ ਤਿੰਨ ਰੇਡਾਂ 1100 ਦੀਆਂ ਮੈਨੂੰ ਲੱਗਦਾ ਲੱਗ ਗਿਆ ਜੱਫਾ ਆਓ ਸੱਤੇ ਫਿਰੋਜ਼ਪੁਰੀਏ ਦੀ ਟੀਮ ਇੱਕ ਪਾਸਾ ਕਰੀ ਆਉਂਦੀ ਹੈ ਅੰਕਲ ਕੁਲਵੰਤ ਸਿੰਘ ਜੀ ਉੱਠ ਕੇ ਸਮਝਾ ਲਾ ਮੁੰਡਿਆਂ ਨੂੰ ਨਹੀਂ ਯਾਦ ਵਾਲਿਆਂ ਨੇ ਇੱਕ ਪਾਸਾ ਕਰ ਦੇਣਾ ਆਓ ਕਹਿੰਦੇ ਯਾਦ ਵਾਲੇ ਬੱਲੇ ਬੱਲੇ ਕਰਾਈ ਤੁਰੇ ਆਉਂਦੇ ਆ ਸੱਤਾ ਫਿਰੋਜ਼ਪੁਰ ਨਿਊਜ਼ੀਲੈਂਡ ਤੇ ਪ੍ਰੀਤ ਬਰਾੜ ਕਹਿੰਦੇ ਬਾਗੇ ਪੁਰਾਣੇ ਵਾਲਾ ਆਓ ਕਹਿੰਦੇ ਜਸਵੇਰ ਸਿੰਘ ਜੀਆਂ ਦਾ ਸਪੁੱਤਰ ਹੈ ਪਰ ਪੈਂਦੀ ਰੇਡ ਆਓ ਬੱਲੇ 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 ਆਓ ਲੱਗਦਾ ਜ਼ੋਰ ਲੱਗਦਾ ਜ਼ੋਰ ਆਓ ਕਹਿੰਦੇ ਜਲਾਲਪੁਰੀ ਨੇ ਧੱਕੇ ਮਾਰ ਕੇ ਬਾਹਰ ਕੱਢਦਾ ਆਓ ਧੱਕੇ ਮਾਰ ਕੇ ਅਰਸ਼ ਸੱਤਾ ਖਰਾ ਕਹਿੰਦਾ ਜੱਫੇ ਲਾਉਣੇ ਪੈਣੇ ਆ ਮੇਲਾ ਕਰਦਾ ਮੇਲਾ ਕਰਦਾ ਚੋਲੇ ਵਾਲਿਆ ਆਓ ਗੁਰਸੇਵਕ ਰਾਣਾ ਪ੍ਰਧਾਨ ਜੀ ਸਾਡੇ ਵੱਡੇ ਭਾਈ ਇਹ ਬੋਪਰ ਵਾਲਾ ਇਸ਼ਾਰਾ ਕਹਿੰਦਾ 31000 ਤੇ ਲਿਖ ਦਿਓ ਇਸ਼ਾਰਾ ਬੋਪਰ ਏ ਬੱਲੇ 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 ਇਹ ਬੱਲੇ ਗੱਲ ਤੀਨੇ ਵਾਲੀਏ ਦਾ ਲਾਟ ਜਾਲਦਾ ਆਓ ਕਹਿੰਦੇ ਸਿਮਰ ਬਰਾੜ ਵੀ ਵਸਿਆ ਇੰਗਲੈਂਡ ਰਣਵੀਰ ਗੱਲ ਤੇ ਰਾਜਵੀਰ ਗੱਲ ਗੁਰ ਬਰਾੜ ਹਰੀ ਹਰਜਿੰਦਰ ਸਰਪੰਚ ਹੋਰੀ ਮਾਣ ਕਰਦੇ ਆ ਮੁੰਡੇ ਦੀ ਖੇਡ ਦੇ ਉੱਪਰ ਇਹਦੇ ਤੇ ਮਾਣ ਕਰਦਾ ਮੈਨੂੰ ਭਗਵਾਨਪੁਰੀਆ ਆਓ ਸੁੱਖਾ ਰਾਜੂ ਪਿੰਡ ਵਾਲੇ ਕਹਿੰਦੇ ਵੀ ਕਮਲ ਮਨਜੋਤ ਹੋਰੀ ਤੇ ਨਾਲ ਕਹਿੰਦੇ ਗੱਲਾਂ ਚੱਲਦੀਆਂ ਸਾਡੇ ਵੀਰ ਮਿੰਟੂ ਕੈਸਤੀਵਾਲ ਦੀਆਂ ਤੇ ਮੇਜਰ ਬਰਾੜ ਜਤਿੰਦਰ ਜਾਲ ਹਰਾਂ ਦੀ ਟੀਮ ਦਾ ਵੱਡਾ ਮੱਲ ਆਓ ਕਬੱਡੀ ਪਾਰਿਆ ਕਹਿੰਦੇ ਦੁਬਲੀ ਵਾਲਾ ਭੀਮ ਇੱਕ ਸਿਰੇ ਦਾ ਨੰਬਰ 3 ਮਾਰਚ ਹੋਣੀ ਹੈ ਭੀਮ ਤੇ ਬਾਈ ਸਾਹਿਬ ਦੁਬਲੀ ਹੋਰੀ ਮਿਲ ਕੇ ਸੱਦੇ ਸਰੇ ਵੀ ਵੱਡੀਆਂ ਕਲਪਾਂ ਚੋਟੀ ਦੇ ਮੈਚ ਕਹਿੰਦੇ 3 ਮਾਰਚ ਨੂੰ ਦੁਬਲੀ ਪਿੰਡ ਦੇ ਵਿੱਚ ਹੋਣਗੇ ਰੇਡ ਪੈਗੀ ਦੇ ਸਕਰਾਜ ਕਰ ਦੋ ਗੱਲ ਲੋਕ ਕਹਿੰਦੇ ਬਿੱਲਾ ਜੋਲ ਕਬੱਡੀ ਪਾਉਣ ਦੇ ਲਈ ਵਾਧਾ ਪਰ ਸਾਹਮਣੇ ਫੇਰ ਆਓ ਯਾਦ ਵਾਲੇ ਤੇ ਕਹਿੰਦੇ ਮੂਪੇ ਹੀ ਮਾਰੀ ਤੁਰੇ ਆਉਂਦੇ ਆ ਆਓ ਯਾਦ ਵਾਲੇ ਤੇ ਕਹਿੰਦੇ ਕੰਮ ਆਓ ਟੇਡਾ ਹੀ ਕਰੀ ਤੁਰੇ ਆਉਂਦੇ ਆ ਆਓ ਕਹਿੰਦੇ ਫਿਰ ਇੱਕ ਜੱਫਾ ਲੱਗਾ ਜਗਦੀਪ ਯੂਐਸਏ ਵੀਰ ਦੇ ਵੱਲੋਂ ਵੱਡੇ ਮਾਣ ਪਿਆਰ ਕਹਿੰਦੇ ਆ ਜਾਫੀ ਦੇ ਲਈ ਵੀ ਆ ਗਿਆ ਆਓ ਕਹਿੰਦੇ ਲੱਡੂ ਆ ਗਿਆ ਦੁਗਾਲ ਪਿੰਡ ਆਓ ਕਹਿੰਦੇ ਲੱਡੂ ਦੁਗਾਲ ਵਾਲਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਇਹ ਕਹਿੰਦੇ ਬਿੱਟੂ ਦੁਗਾਲ ਦੇ ਪਿੰਡਾਂ ਦਾ ਖਿਡਾਰੀ ਹੈ ਜਿਹੜੀ ਘਾਟ ਕਹਿੰਦੇ ਬਿੱਟੂ ਦੁਗਾਲ ਦੀ ਕਬੱਡੀ ਨੂੰ ਪਈ ਹੈ ਆਹ ਕਬੱਡੀ ਜਗਤ ਨੂੰ ਕਦੇ ਨਹੀਂ ਪੂਰੀ ਹੋ ਸਕਦੀ ਜਿਹੜੀ ਘਾਟ ਕਹਿੰਦੇ ਚੋਲਾ ਸਾਹਿਬ ਦਾ ਸੁਖਣ ਪਾ ਗਿਆ ਮਹਾਂਵੀਰ ਅਟਵਾਲ ਪਾ ਗਿਆ ਉਹ ਘੱਟ ਉਹ ਪੂਰਨੇ ਕਦੇ ਪੂਰੇ ਨਹੀਂ ਹੋ ਸਕਦੇ ਆਹ 16 ਦੇ ਗੁਰਲਾਲ ਦੀ ਕਬੱਡੀ ਪੈ ਰਹੀ ਹੈ ਹਰ ਰੇਡ ਹਰ ਜੱਫਾ ਕਹਿੰਦੇ ਅਮਰੀਕਾ ਵਾਲੇ ਜਗਦੀਪ ਭਰਾ ਸਾਡਾ ਰੋਡੇ ਵਾਲਾ ਪਿੰਡ ਹੈ 500 ਨਾਲ ਕਹਿੰਦੇ ਜਗ ਸਾਡਾ ਵੀ ਜਗਦੀਪ ਸਿੰਘ ਜੀ ਅਮਰੀਕਾ ਆਹ ਜੱਟਾਂ ਵਾਲੀ ਪਿੰਡ ਹੈ ਭਰਾ ਦਾ ਵੱਡੇ ਰੋਲ ਅਦਾ ਕਰ ਗਿਆ ਅੱਜ ਦੇ ਕਬੱਡੀ
कप लई 2023 दे साल विच भी वड्डे रोल होणगे। आओ 16 दा गरलाल एक सिरे दा नंबर अपनी टीम लई जोड़दा होया अंकल जी चेते तौर ते पुजे होया सरदार हरजिंदर सिंह जी जौड़िया साहब सारी प्रबंध कमेटी हुण दा गै गाडमा धन्नवाद कर रही है जिन्होंने वड्डे रोलां दा कीते है। मक्खण आ गया सिराज करदे गल मुंडे दी आओ कहिंदे मक्खण संधू ने कौड़ी पा दी है मक्खण संधू ने रेड़ पा दी है। आओ फाइनल मैच है मैच कहिंदे सिरे दा कहिंदे सारे प्रबंधकां नूं वड्डी मुबारकबाद है हरजिंदर सिंह जी हांगकांग वाले नाल साडा वीर हरभजन सभरा नाल गुरनैब गिल होणा नूं साहब गिल होणा नूं इकबाल डाक्टर होणा नूं आओ वड्डी मुबारकबाद है। वी मेला सिरे दा हो गया आओ वड्डे स्टार खेड गए है आओ फाइनल मैच ते सामने फेर आओ बल्ले 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 आओ लगदा जोर पर सुखा मग्गा है आओ मुंडा वाटा वरदा तुरिया आउंदा है तकड़ा नंबर इस गलू ने अपनी टीम दे लई जोर दित्ता है। अगली रेड कहिंदे खेड मैदान दे विच ट्रैक्टर दा जेतू पाउण दे लई वाधा होया आओ भगवानपुर वालिआं दा चहेता आओ भगवानपुरीआं दा चहेता इस इलाके विच प्रगट गिल दा पिंड आउंदा है जिहड़ा आस्ट्रेलिया दे विच रहिंदा जिहदी यारी आ मक्खण संधू दे नाल। आओ सामने कहिंदे प्रगट गिल दे पिंडां दा मेला आस्ट्रेलिया दे विच वड्डे मैच करवाउंदे ने साडे वीर। अगली रेड कौण पावेगा चोला साहिब दी चोटी दी टीम बन के आई सत्ते खैरे कनेडा वाले दी आ कहिंदे टीम खेड रही है किन्ने किन्ने नंबर ने डीपी साहब जी सरदार अमरजीत सिंह जी काबल वाला वड्डे भाई दा वड्डा धन्नवाद किन्ने किन्ने नंबर आ जरूर दसांगे। सगराज सारी संगत दा एनआरआई वीरां दा प्रबंधक कमेटी दा धन्नवाद करदे वीरा यार बहुत बहुत धन्नवाद जी सारे प्रबंधक वीरां दा हरजिंदर सिंह जी हांगकांग वाले साडे गुरनैब वीर होणा दा साहब गिल होणा दा ते नाल इकबाल डाक्टर होणा दा सारे वीरां दा दिलों धन्नवाद सारे वीरां दा धन्नवाद। अर्श दे तीन जफे 5100 ਦੇ ਸੱਤਾ ਖੈਰਾ ਸਾਡੇ ਵੀਰ ਦੇ ਵੱਲੋਂ ਹੋਣਗੇ ਵੱਡੇ ਭਰਾ ਦੇ ਵੱਲੋਂ ਉਧਰਲੇ ਬੰਨੇ ਆਜ਼ਾਦ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ ਦੇ ਨੰਬਰ ਨੇ 19 16 ਆਜ਼ਾਦ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ ਦੇ ਨੰਬਰ ਨੇ 18 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਬੱਡੀ ਕਲੱਬ ਚੋਲਾ ਸਾਹਿਬ ਦੀ ਟੀਮ ਦੇ ਨੰਬਰ ਨੇ 16.5 ਲੈ ਵੀ ਗਰਨੈਬ ਵੱਡੇ ਬਾਈ ਡੇਢ ਨੰਬਰ ਦਾ ਫਰਕ ਹੈ ਕੋਈ ਬੜਾ ਫਰਕ ਨਹੀਂ ਚੌਧਰ ਗੁਰਫੇਤ ਸਿੰਘ ਜੀ ਗੱਟਾ ਬਾਦਸ਼ਾਹ ਕੈਨੇਡਾ ਤੋਂ ਲਾਈਵ ਆਨੰਦ ਮਾਣ ਰਿਹਾ ਹੈ ਇੱਕ ਹਾਫ ਖੇਡਿਆ ਗਿਆ ਦੂਸਰਾ ਹਾਫ ਸ਼ੁਰੂ ਹੋਣ ਜਾ ਰਿਹਾ ਹੈ ਹੁਣ ਮੈਂ ਮਾਈਕ ਸਾਡੇ ਵੀਰ ਗੁਰਚਰਨ ਸਨੇਹ ਨੂੰ ਦੇਣ ਜਾ ਰਿਹਾ ਹੈ ਸਾਰੀ ਸੰਗਤ ਤੋਂ ਮਾਫੀ ਚਾਹੁੰਦੇ ਆ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਵੇ ਆਪਣੇ ਨਿੱਕੇ ਵੀਰ ਸੁਖਰਾਜ ਰੋਡੇ ਨੂੰ ਮਾਫ ਕਰਿਓ ਤੇ ਮਾਈਕ ਸਾਡਾ ਵੀਰ ਗੁਰਚਰਨ ਸਨੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਾਈਨਲ ਮੈਚ ਹੋ ਰਿਹਾ ਹੈ ਜਦੋਂ ਆਖਰੀ ਰੇਡ ਪਈ ਤੇ ਤੁਸਾਂ ਸਾਰੀ ਸੰਗਤ ਨੇ ਉੱਠ ਜਾਣਾ ਸੋ ਜਗ੍ਹਾ ਦੀ ਘਾਟ ਹੋਣ ਕਰਕੇ ਜੇ ਅਸੀਂ ਕਿਸੇ ਵੀਰ ਨੂੰ ਉਹਨੂੰ ਦੁੱਖ ਲੱਗਿਆ ਹੋਵੇ ਅਸੀਂ ਉਹਨੂੰ ਸਾਡੇ ਵੀਰਾਂ ਨੇ ਸੇਵਾਦਾਰਾਂ ਨੇ ਰੋਕਿਆ ਹੋਵੇ ਕਿਉਂਕਿ ਅਗਲੇ ਪਾਸੇ ਹੁਣ ਤੁਸੀਂ ਹੁਣ ਵੇਖ ਲਓ ਵੀ ਸੰਗਤ ਕਿੰਨੀ ਘੱਟ ਗਈ ਅਜੇ ਵੀ ਖੜਨ ਨੂੰ ਜਗ੍ਹਾ ਹੈ ਨਹੀਂ ਤੇ ਅਸੀਂ ਨਾ ਇੱਕ ਸਲਾਹ ਕੀਤੀ ਸੀ ਕਲੱਬ ਨੇ ਤੁਸੀਂ ਵੀ ਸਾਨੂੰ ਦੱਸ ਦਿਓ ਵੀ ਉਹ ਠੀਕ ਆ ਜਦੋਂ ਬਾਲਾ ਵੀਰ ਗੁੱਸਾ ਕਰਦੇ ਤੇ ਅਸੀਂ ਇੱਕ ਸਲਾਹ ਕੀਤੀ ਸੀ ਵੀ ਅਗਲੀ ਵਾਰ ਤੋਂ ਗ੍ਰਾਹੀ ਕਰਕੇ ਨਾ ਤੇ ਆਪਾਂ ਸਾਰੇ ਇੱਥੇ ਕੁਰਸੀਆਂ ਲਾ ਲਿਆ ਕਰੀਏ ਗਰਾਊਂਡ ਦੇ ਵਿੱਚ ਤੇ ਗੱਲਾਂ ਬਾਤਾਂ ਮਾਰ ਕੇ ਉੱਠ ਜਾ ਕਰਾਂਗੇ ਖਿਡਾਰੀ ਸੱਦੀਏ ਹੀ ਨਾ ਕੋਈ ਵੀਰ ਗੁੱਸੇ ਹੋਵੇ ਕਿਉਂਕਿ ਬਹੁਤ ਵੀਰ ਗੁੱਸੇ ਹੋਏ ਵੀ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਅਸੀਂ ਇਹਨੇ ਵੀ ਅਗਲੀ ਵਾਰੀ ਗ੍ਰਾਹੀ ਕਰ ਲਈਏ ਰੱਜ ਕੇ ਸਾਰੇ ਇੱਥੇ ਕੁਰਸੀਆਂ ਲਾ ਲਈਏ ਗੱਲਾਂ ਗੁੱਲਾਂ ਕਰਕੇ ਆਪਾਂ ਉੱਠ ਜਾ ਕਰਾਂਗੇ ਜੇ ਤਾਂ ਖਿਡਾਰੀ ਸੱਦਣੇ ਆ ਫਿਰ ਆਪਾਂ ਨੂੰ ਤਕਲੀਫ ਝੱਲਣੀ ਪੈਣੀ ਆ ਪਰ ਜੋ ਮਜ਼ਾ ਪੌੜੀਆਂ ਤੇ ਬਹਿ ਕੇ ਵੇਖਣ ਦਾ ਆਉਂਦਾ ਹੁਣ ਅਗਲੀ ਵਾਰੀ ਫਿਰ ਆਪਣੇ ਦੂਜੇ ਕਲੱਬ ਨੇ ਕਰਾਉਣਾ ਮੈਂ ਕਬੱਡੀ ਕੱਪ ਅੱਜ ਅਨਾਊਂਸ ਵੀ ਕਰਤਾ ਅਸੀਂ ਪੌੜੀਆਂ ਤੇ ਬੈਠ ਕੇ ਦੇਖਦੇ ਹੁੰਦੇ ਬਹੁਤ ਆਨੰਦ ਆਉਂਦਾ ਸੋ ਇਸ ਕਰਕੇ ਵੀਰੋ ਗੁੱਸਾ ਨਾ ਕਰਿਆ ਕਰੋ ਫਿਰ ਵੀ ਕਿਸੇ ਨੂੰ ਕੋਈ ਗੁੱਸਾ ਲੱਗਾ ਤੇ ਅਸੀਂ ਸਾਰੇ ਕਲੱਬ ਵੱਲੋਂ ਮਾਫ਼ੀ ਮੰਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਹਰਭਜਨ ਸਿੰਘ ਜੀ ਗਿੱਲ ਸਾਹਿਬ ਬਹੁਤ ਸਤਿਕਾਰਯੋਗ ਵੱਡਾ ਭਾਈ ਹੈ ਸਾਡਾ ਸਾਰੀ ਕਲੱਬ ਦੇ ਸਾਰੇ ਸਤਿਕਾਰਯੋਗ ਬੜੇ ਪਿਆਰੇ ਵੀਰ ਨੇ ਉਧਰਲੇ ਬੰਨੇ ਸਾਜ ਸਿੰਘ ਜੀ ਪ੍ਰਧਾਨ ਗੁਰਦੇਵ ਸਿੰਘ ਜੀ ਸਰਪੰਚ ਮਾਸਟਰ ਸੁਖਵਿੰਦਰ ਸਿੰਘ ਜੀ ਅਮਰੀਕਾ ਵਾਲੇ ਵੀਰਾਂ ਨਾਲ ਮਿਲ ਕੇ ਔਰ ਕਤਰ ਵਾਲੇ ਵੀਰਾਂ ਨਾਲ ਮਿਲ ਕੇ ਦੁਬਈ ਵਾਲੇ ਭਰਾਵਾਂ ਨਾਲ ਮਿਲ ਕੇ ਵੱਡਾ ਮੇਲਾ 2023 ਦਾ ਸਾਲ 2.5 ਲੱਖ ਤੇ 2 ਲੱਖ ਗੈਸਟਾਂ ਨੂੰ ਮੋਟਰਸਾਈਕਲ ਜਾਖੜ ਸਰਪੰਚ ਸਾਹਿਬ ਦਾ ਵੀ ਵੱਡਾ ਧੰਨਵਾਦ ਹੈ। ਭਾਈ ਮੈਚ ਜਲਦੀ ਨਾਲ ਸ਼ੁਰੂ ਕਰ ਲਈਏ ਸਰਦਾਰ ਜਸਵੰਤ ਸਿੰਘ ਜੀ ਦੋਧੀ ਸਾਡੇ ਬਹੁਤ ਸਤਿਕਾਰਯੋਗ ਸਾਰਜ ਸਿੰਘ ਜੀ ਉਹਨਾਂ ਸਾਰਜ ਸਿੰਘ ਦੇ ਫਾਦਰ ਸਾਹਿਬ ਸਾਡੇ ਸਰਦਾਰ ਸਾਹਿਬ ਸਿੰਘ ਜੀ
उन्होंने फादर साहब बहुत धन्यवाद करते हैं, बड़े वीर ने बड़े मान प्यार पौधे किए हैं, सरदार जसवंत सिंह का वड्डा धन्यवाद, बहुत बहुत धन्यवाद सारे भरावान का। फिर तो गए गडवा, हाँ जी, एक स्वैप्ट गड्डी खड़ी है 0036 वो रास्ते विचों पासे कर लो, मैच शुरू कर दिए भाई बन के, और मलिक साहब मारिए विसल, फिर मलिक किधर गया, मलिक साहब जी, मलिक साहब कोई नंबर का चक्कर है, जल्दी क्लीयर कर लिए जब आज कर लांगे क्लीयर, मैच चलन दो, गुरजीत सिंह मैच चला लिए आप, मैच हूँ मुंडे गर्मा सारे मैच चला लिए, उधर जगदीप परोडे वाला यूएसए वाला भरा कहते पर कबड्डी उत्ते पर जफ्फे उत्ते 500 की गल है, भरा का दिलों सत्कार है, जगजीत सिंह जी यूएसए वाला वीर बहुत बहुत धन्यवाद सारे वीर, इतने अमन बराड़ सरपंच रहा है वीर का गह गड़वा धन्यवाद भाई, पाइए कबड्डी हाफ जी, बलदेव सिंह मारिए विसल, कही मुंडिया बली साहब आज वीर बन के मैच चला दिए, जो कोई नंबर होल्ड किया गया वह जरा बाद रीप्ले वेख लाँगे, मैच प्लेयर ना ठंडे पाइए, एक चोटी का मैच है मेरे मित्रों, फाइनल खेडा जा रहा 22 तरीक सठियाले का कबड्डी कप होना है, बेस्टा थोर ट्रैक्टर देते जाने हैं, 21 तरीक अमाण पिंड वड्डा मेला होगा, 4 क्लबां जोबन अमाण तो जीतूवान, और 25 तरीक होगी धर्मकोट के कबड्डी कप की, 24 तरीक चोला साहब रौनक लगनगियां, और 15 तरीक मनसूरवाल, 14 और बड़िया रौनक कब्बर वछे लगनिया, कल का दिन बूटे वाली बस्ती में वड्डा मेला, 8 क्लबां 11 तरीक कलंजर दी, चक ला मैं कबड्डे भाई भीम आ गया, और सामने भीम ने कबड्डी भरती है, वीर कहता भीम आ गया, भीम सवेर का ही आया होया, एन कहते सिरे सिरे से कहते खिलाड़ियों ने बड़ा प्रदर्शन किया है, शहीदों की धरती है शहीद सरदार श्याम सिंह जी अटारी, इतने कहते हजार सैकड़े सिंह शहीद होए है, आखिरी जंग हुई है, फौजा जित के अंतरों हारिया ने, आओ सामने कहते सुखे बगे की वही पैरी पर दूजे पासे प्यार दे नाल आओ कहते हजार बोपर 31,000 के लिफाफे से लिख लिया नौजवान ने नाम लिखवा लिया नाम, अगली रेड कहते दंगाल वाले लड्डू की पैरी है कि खड़ खड़ गल कर दे लोकी बिट्टू दंगाल दिया के बिच विदेशी धुम्मा पईआं ने गुरलाल दिया, आओ दुनिया के धुम्मा पईआं ने घराण वाला गुरलाल भी कहते सियासत की दुनिया में कुदया, आओ वड्डी सपोर्ट की कबड्डी जगत ने, आओ कहते चोटी का मुकाबला खेडिया जा रहा है, एक बने अर्श तैयार है, सत्ता फिरोजपुरिया कहता 5100 दे 3 जफ्फे 3 जफ्फे सत्ता खैरा भाई साडा, आओ कनेडा वाला भाई कहता गल्ला टिकाने ते लावांगे, पर ओ सामने झूम झूम के तुरदा किदा रावी वगदी है, आ उच्चा लम्मा गभरू देख रहा सामने कबड्डी पा रहा, 4 जाफी ते 4 ही वीरिया तेरे इलाके का मुंडा कबड्डी पा रहा, पर इशारे ने ते बूटे ने पहला दसता लिफाफे ते ना लिखिया होया अज ਇਹਦਾ ਲਿਫਾਫੇ ਤੇ ਨਾਂ ਲਿਖ ਦਿਓ, ਆਓ ਭੀਮ ਵੀ ਕਹਿੰਦੇ ਜਿਵੇਂ ਟਰੈਕਟਰ ਜਿੱਤ ਗਿਆ ਅੱਜ 31,000 ਵਾਲੀਆਂ ਪਾਉਂਦਾ ਜੋਧਾ ਮੋੜ ਮੋੜ ਕੇ, ਅਮਰਵੀਰ ਪਵਿੱਤਰ ਪਵਨ ਹੋਰਾ ਭਰਾਵਾਂ ਨੇ ਟੀਮ ਇੱਕ ਰੇਸ਼ਮ ਚੰਮੇ ਵਾਲਾ ਮਿਲ ਕੇ ਸਿਰੇ ਦੀ ਉਤਾਰ ਲਈ ਹੈ, ਨਾਲ ਕਹਿੰਦੇ ਸੱਤਾ ਫਿਰੋਜ਼ਪੁਰੀਆ ਸਾਡਾ ਵੀਰ ਹੈ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਹੈ, ਆਜ਼ਾਦ ਕਬੱਡੀ ਕਲੱਬ ਨੂੰ ਰਨ ਕਰਦਾ ਭਰਾ ਸਾਡਾ, ਤੇ ਨਾਲ ਜੈ ਤਾਲੀਵਾਲ ਅਮਨ ਨਿਊਜ਼ੀਲੈਂਡ ਤੇ ਪ੍ਰੀਤ ਨਿਊਜ਼ੀਲੈਂਡ ਬਾਗੇ ਪੁਰਾਣੇ ਵਾਲਾ ਭਰਾ ਸਾਡਾ, ਆਓ ਕਬੱਡੀ ਬੈਗੀ ਦੇ ਵੱਡੇ ਬਾਈ ਕਰਦੇ ਗੱਲ, ਆਓ ਸਾਹਮਣੇ ਸੁੱਖਾ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਬਗਾ ਸਾਹਮਣੇ ਕਬੱਡੀ ਪਾ ਰਿਹਾ ਹੈ ਮੁੰਡਾ ਗੁਰਦਾਸਪੁਰੀਆ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪੰਜਾਬੀਆਂ ਨੂੰ ਸਰਦਾਰੀਆਂ ਦਿੱਤੀਆਂ ਸਰਬੰਸ ਵਾਰਿਆ, ਉਹ ਸਰਦਾਰੀਆਂ ਦਾ ਨਿੱਘ ਪੰਜਾਬੀ ਮਾਰ ਰਿਹਾ, ਪਰ ਇੱਧਰ ਵੇਖ ਕਹਿੰਦੇ ਫਾਈਨਲ ਚੋਟੀ ਦਾ, ਇਹ ਕਹਿੰਦੇ ਝਨੇੜੀ ਵਾਲਾ ਦੁਨੀਆ 'ਚ ਚਰਚੇ ਕਰਵਾਉਂਦਾ, ਇਹ ਬੱਬੂਆ ਝਨੇੜੀ ਵਾਲਾ, ਉਧਰਲੇ ਬੰਨੇ ਮੌਂਟੀ ਆਸਟ੍ਰੇਲੀਆ ਦਾ, ਸੁੱਖੇ ਕਹਿੰਦੇ ਦੁਬਈ ਵਾਲੇ ਦਾ, ਜਿਹਨੇ ਕਹਿੰਦੇ 1100 ਰੁਪਇਆ, ਆਓ ਗੱਭਰੂ ਕਹਿੰਦੇ ਝਨੇੜੀ ਵਾਲੇ ਬੱਬੂ ਤੱਕ ਪਹੁੰਚਦਾ ਕਰ ਦਿੱਤਾ, ਹਰ ਜੱਫਾ 500 ਦਾ, ਜਗਦੀਪ ਰੋਡੇ ਵਾਲਾ ਪਿੰਡ ਹੈ ਅਮਰੀਕਾ ਦੇ ਵਿੱਚ ਰਹਿੰਦਾ ਵੀਰ ਸਾਡਾ, ਉਸੇ ਧਰਤੀ ਤੇ ਕਹਿੰਦੇ ਭਰਾ ਸਾਡਾ ਜਗਜੀਤ ਜੱਟਾਂ ਵਾਲੀ ਪਿੰਡ ਦਾ ਵੀਰ ਕੇਵਲ ਸਿੰਘ ਦਾ ਪੁੱਤਰ ਅਮਰੀਕਾ ਵਾਲਾ ਜਗਤਾਰ ਸਿੰਘ ਜੀ ਸਰਪੰਚ ਦਾ ਵੱਡਾ ਧੰਨਵਾਦ, ਆਓ ਕਬੱਡੀ ਪੈਗੀ, ਆਓ ਬੋਪਰ ਵਾਲਾ ਬੋਪਰ ਦੁਨੀਆਂ ਦੇ ਵਿੱਚ ਹੋਈ ਜਾਂਦੀ ਆ, ਆਓ ਬੋਪਰ ਦੁਨੀਆਂ 'ਚ ਹੋਈ ਜਾਂਦੀ, ਬੋਪਰ ਵਾਲਾ ਤੇ ਜੋਰ ਪਲ
नंबर हशियारे बोपर वाले का दर्शक भीर नजारा है रौला जा पा के आओ दुनिया स्वाद लै रही है आ दुनिया नजारे लै रही है बिक्की कप्याल बालता हक दे दीवा आओ बालता हक दे दीवा तेजा सिंह मल दे गोपी ने आओ हक दे दीवा हक दे दीवा आओ हक दे दीवा आओ गोपी तेजा सिंह वाले दा बल्ले 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 ओ चंद्रा हूटर वजन दा नाम नहीं लैंदा आ चंद्रा हूटर प्रीत आवाज बता दे हुटर दी चंद्रिया आवाज बता दे मेला शहीदां दा करे करावे आपे आप ओ मानस देवे कुछ नहीं हाथ ओ करे करावे आपे आप मेरा बाबा नान की करदा ओ सोल पिंड गुरलाल नाम है वड्डी पारिया चोटी दा मैच मोंटी आस्ट्रेलिया वलो बड़े मान प्यार उधर बने गबरू तेजा सिंह मल दे गोपी लई है आओ जीने जीने मैच का स्वाद ले लिया एक बार ताड़ी बंदी मार दो दर्शक वीर आओ चोटी का मैच है लवी गुरनैब ताड़ी मेहनत का मालक ने कहते भी जिम्मे कहते मेहनत को फल लगा आ वीर बन के सफेर खिलाड़ी पिछे हो जाओ यार भरा बन के ना इदा ना करो ताड़िया रब उमर लंबी करे आ दुबली वाला भीम फिर आ गया बड़े भाई आओ सामने दुबली वाले भीम ने ते अज बूटे एन सराई कराउणा ए भी लफाफे नूं हथ पाउणो फिरदा पर उधर देख ला आओ जलालपुरी इको जे रंग शरीर दे बल्ले 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 ਜਲਾਲਪੁਰੀਆ ਹਾ ਇਹ ਭੋਰ ਦਾ ਘਰਾਰੀਆਂ ਦੇ ਦੰਦੇ ਮਿੱਤਰੋ ਇਹ ਭੋਰ ਦਾ ਘਰਾਰੀਆਂ ਦੇ ਦੰਦੇ ਮਿੱਤਰੋ ਇਹ ਡੱਕਦਾ ਏ ਰੇਡਰ ਚੰਗੇ ਚੰਗੇ ਮਿੱਤਰੋ ਉਧਰ ਦੀ ਵੇਖ ਲੈ ਸਾਹਮਣੇ ਬਰਾਬਰ ਦੀ ਭਾਜੀ ਇਹ ਬੱਲੀਏ ਬਣਾਂਗੇ ਝਾਂਜਰ ਤੇਰੀ ਉਹ ਨਾਲ ਨਾਲ ਹੈ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸੁਰਮਾ ਨਹੀਂ ਤੇ ਬਣਨਾ ਫਿਰ ਪੱਕੇ ਗਾਨੀ ਤੇਰੀ ਤੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸਰੀਰ ਤੇਰੇ ਬਣ ਕੇ ਭੀਮ ਦੀਆਂ ਤਿੰਨ ਰੇਡਾਂ ਸਾਡੇ ਜਰਨੈਲ ਸਿੰਘ ਦੀ ਭਾਣੇਗਾ ਦੁਬਈ ਤੇ ਆਕਾਸ਼ ਫੌਜੀ ਸਾਡਾ ਵੀਰ ਮਲਕਾ ਤੇ ਰਣਜੀਤ ਸਿੰਘ ਦੀ ਫੌਜੀਆਂ ਦਾ ਵੱਲੋਂ 3000 ਆ ਚੋਟੀ ਦਾ ਮੈਚ ਆ ਸਿਆਣੇ ਐਵੇਂ ਨਹੀਂ ਕਹਿੰਦੇ ਆ ਮਰਦ ਨੂੰ ਤਾਨਾ ਲੱਕੜ ਨੂੰ ਫਾਨਾ ਭਰਾਣ ਕਰਕੇ ਰੱਖ ਦਿੰਦਾ ਭਰਾਣ ਕਰਕੇ ਰੱਖ ਦਿੰਦਾ ਆ ਕਹਿੰਦੇ ਦੰਦਾਲ ਵਾਲੇ ਲੱਡੂ ਦੇ ਮਗਰ ਕੌਣ ਲੱਗ ਗਿਆ ਤੇਜਾ ਸਿੰਘ ਮਲਦਾ ਗੋਪੀ ਹਾਏ ਨੰਬਰ ਆਜ਼ਾਦ ਕਬੱਡੀ ਕਲੱਬ ਦਾ ਵੀ ਵੱਡੇ ਬਾਈ ਸੁੱਖਾ ਮੱਗਾ ਆਹ ਲਾਟ ਜਾਲਦਾ ਬੱਲੇ ਕਹਿੰਦੇ ਤੀਨੇ ਵਾਲੀਏ ਦਾ ਚਹੇਤਾ ਆਹ ਬੱਲੀ ਮਿਹੜ ਦੀਆਂ ਗੱਲਾਂ ਹੁੰਦੀਆਂ ਆਹ ਸਿਰੇ ਦੀਆਂ ਕਹਿੰਦੇ ਟੱਕਰਾ ਆਹ ਮਨਜੀਤ ਖੋਖਰ ਫੌਜੀਆਂ ਵਾਲਾ ਭਰਾ ਸਾਡਾ ਨਾਲ ਅੰਕਲ ਕੁਲਵੰਤ ਸਿੰਘ ਦੀ ਘੀਟੇ ਚੋਲਾ ਸਾਹਿਬ ਤੇ ਸੱਤਾ ਖਹਿਰਾ ਏ ਪੇਪਰ ਪੇਪਰ ਵਾਲਾ ਫੇਰ ਆਹ ਪੇਪਰ ਵਾਲਾ ਮੋਟਰ ਵਾਲਾ ਜਦ ਫੜ ਕੇ ਬਹਿ ਗਿਆ ਜਦ ਫੜ ਕੇ ਬਹਿ ਗਿਆ ਗੁੱਟ ਫੜ ਕੇ ਆਓ ਵੇਖ ਲੈ ਪੰਜਾਬ ਪੁਲਿਸ ਵਾਲੇ ਵੱਡੇ ਬਾਈ ਗੁਰਮੀਤ ਆਓ ਦੁਨੀਆ ਨੱਚ ਪਈ ਆ ਕਿ ਪੈਂਦੇ ਬਿਨਾਂ ਢੋਲ ਤੇ ਭੰਗੜੇ ਦੁਨੀਆ ਬਹਿੰਦੀ ਖੜ ਖੜ ਕੇ ਕਿ ਨਵੇਂ ਪਿੰਡ ਦਾ ਰਾਜਾ ਖੇਲਾ ਆਓ ਲਿਖਦਾ ਗੱਲਾਂ ਘੜ 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 ਕੇ ਉਧਰੋਂ ਜਗਦੀਪ USA ਰੋਡੇ ਵਾਲਾ ਕਹਿੰਦਾ ਵੀ ਪਰ ਜਫੇ ਦਾ ਪੰਜ 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 ਸੌ ਹੀ ਦਿੱਤਾ ਜਾਣਾ ਬੂਟੇ ਦੁਬਲੀ ਵਾਲਾ ਫੇਰ ਤੇ ਟੱਚ ਡਬਲ ਤੇ ਨੰਬਰ ਰੇਡਰ ਦਾ ਵਾਹਿਗੁਰੂ ਦੀ ਮਿਹਰ ਨਾਲ ਗੁਰਨੈਬ ਸਿਆ ਜਿੱਦਾਂ ਸੰਗਤ ਨਾਲ ਵਾਅਦਾ ਕੀਤਾ ਸੀਗਾ ਵੀ ਜਿੱਦਾਂ ਦੀਆਂ ਟੀਮਾਂ ਆ ਗਈਆਂ ਤੁਹਾਡੀਆਂ ਆਸਾਂ ਤੇ ਖਰੇ ਉਤਰ ਜਾਂਗੇ ਬਾਬੇ ਨਾਨਕ ਨੇ ਮਿਹਰ ਕੀਤੀ ਸ਼ਹੀਦਾਂ ਨੇ ਮਿਹਰ ਕੀਤੀ ਆ ਮੇਲਾ ਝੋਟੀ ਦਾ ਹੋ ਗਿਆ ਸਾਹਿਬ ਸਿਆ ਮੇਲਾ ਝੋਟੀ ਦਾ ਹੋ ਗਿਆ ਵੀਰਾ ਵਾਹਿਗੁਰੂ ਦੀ ਮਿਹਰ ਨਾਲ ਐਨ ਬਿਨ ਵਿਘਨ ਸੰਪੂਰਨ ਹੁੰਦਾ ਜਾ ਰਿਹਾ ਅੱਜ ਦਾ ਸ਼ਾਨਦਾਰ ਕਬੱਡੀ ਦਾ ਕੱਪ 2023 ਦਾ ਸਾਲ ਹੋਵੇਗਾ ਸਾਡੇ ਸਾਰਜ ਪ੍ਰਧਾਨ ਜੀ ਭਾਈ ਗੁਰਦੇਵ ਸਰਪੰਚ ਜੀ ਆਪਣੇ ਸਾਥੀਆਂ ਸਮੇਤ 2.5 ਲੱਖ ਤੇ 2 ਲੱਖ ਦੇ ਬੈਸਟਾਂ ਨੂੰ ਮੋਟਰਸਾਈਕਲ ਐਨ ਗੱਲਾਂ ਕਦੇ ਟਿਕਾਣੇ ਤੇ ਲਾਵਾਂਗੇ ਗੱਲਾਂ 2023 ਦੀਆਂ ਹੋਣਗੀਆਂ ਉਹ ਗੱਲਾਂ 23 ਦੀਆਂ ਹੋਣਗੀਆਂ ਜਦੋਂ ਕਬੱਡੀ ਦੂਜੀ ਕਹਿੰਦੇ ਭੀਮ ਦੀ 3000 ਵਾਲੀ ਆ ਮੇਰੇ ਮਿੱਤਰੋ ਭਾਈ ਜਰਨੈਲ ਹੋਰਾਂ ਨੇ ਮਾਣ ਪਿਆਰ ਸਾਡੇ ਸਰਦਾਰ ਜਗਤਾਰ ਸਿੰਘ ਜੀ ਸਰਪੰਚ ਲੋਕੇ ਦਾ ਧੰਨਵਾਦ ਅੰਕਲ ਕੇਵਲ ਸਿੰਘ ਜੀ ਜੱਟਾਂ ਵਾਲੀ
जगजीत दे फादर साहब का बड़ा धन्यवाद है, बहुत बड़े मान प्यार, डेढ़ लाख दे योगदान पाया है। वाहिगुरु मेहर करे अंकल जी, तुहाडा पुत्तर साडी कबड्डी नूं इश्क करदा है, जगजीत अमरीका वाला जाउंदा रहे, बड़ा भाई साडा इस तरह मां खेड कबड्डी की सेवा करता रहे। इंद्रजीत सिंह जी कोना कनेडा चन्नी खटड़े होर नाम चलता है, जो कहते ट्रकां दे लसंस मानते हैं, ट्रक टोरंटो कहते बड़ा स्कूल है मेरे मित्रों चन्नी खटड़ा, ते भाई कोने टोरंटो वाल का भी वड्डा धन्यवाद। रेड पागी दे गुरचरण भाई कर दे मुंडे दी गल, सामने बिल्ला चौल कबड्डी पाउण दे लई वधिया होया उधर चार जाफी एन कहते गै गडवा धन्नवाद है साडे एन आर आई वीरां दा, आओ लिख दे लफाफे उत्ते ना, आओ तेरा लिख दू शपैदियां ते ना, बिलोनी डीटी रोड दे उत्ते लफाफियां दे करनैल डाक्टर भाई कत्ती कत्ती हजार, हां भीम की तीजी 3000 वाली जरनैल सिंह जी भाणेगा बड़ा भीर साडा आकाश फौजी होरां वल्लों, हां 3000 की तीजी पै रही है, जे भीम भज गया भीम नूं दे देंगे, जे किसी ने भीम नूं जफा लाता तो जाफी दे होणगे। मैं सारी टीम का चोला साहब जी का और आजाद कबड्डी क्लब न्यूजीलैंड की टीम का गै गडवा धन्यवाद करना। अज सिरे दीआं टीमां भरावां ने उतारियां फौजी भाई मनजीत सिंह जांदे वादे रहो, तुहानूं तुहाडे ते माण है सानूं, तां करके ये जिम्मेवारियां भरा गुरनैब गिल होरी साथियों समेत बड़ियां जिम्मेवारियां अदा कर गए हैं। रेड दुगाल वाले लड्डू भी ते बोल बड़े भाई दे, आओ सामने दुगाल वाला फेर कहिंदे बिट्टू दे पिंडां दा, आओ सामने कहिंदे मुंडा संगरूरिया, आओ कबड्डी पा रहा जग्गिया कहिंदे वीरां नूं डकना ते डक लो, फैसले बराबरी होणगे, आओ फैसले आओ गोपी बराबरी होणगे पता लगो, लाओ 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 बबला 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 बनाले वाला अर्च दे दो जफे 1100 दे, जरनैल गिल भाणेगा ते आकाश फौजी दे वल्लों उधरले बने अर्च दे दो जफे 1100 दे। डॉक्टर करनैल साडा वीर मैडिकल स्टोर भरा कहिंदे कबड्डी नाल इश्क है कबड्डी नाल मोह है, ओ वीर दा भी वड्डा धन्नवाद वड्डे प्यार। अगली रेड कहिंदे दुबली वाला भीम मैं भी चकला मैं कबड्डे बाई ते करते मुंडे दीआं सिरतां, ओ सामने दुबली वाला भीम आ गया, बबलिया इरादा है डक्कण दा, डकना ते डक लो डकना ते डक लो डकना ते डक लो, रही ने आई पाई जानी है। हरजिंदर सिंह जी हांगकांग दा दिल दियां गराइयां जो धन्नवाद है सारे क्लब वल्लों, गै गडमा धन्नवाद है सरदार हरजिंदर सिंह जी जौड़िया साहब जी दा नाल गुरबख्श सिंह जी कैरो और जिन्होंने कहिंदे 1.5 लाख आ मेले लई दित्ता है, ते 1.5 लाख जगजीत अमरीका वाले भरा ने दित्ता है, गुरसेव घराने दा सत्ते खैरे दा सारे एनआरआई भरावां दा वड्डा धन्नवाद, गुरलाल कनेडा वाले वीर दा सारे वीरां दा बहुत बहुत धन्नवाद है। जे किसी वीर दा नाम नहीं बोलिया गया माफी चाहवांगे उन्हां भरावां तों, वाहिगुरु तुहानू चढ़दी कला विच रखे, इस तरह माण बने रहो साडी खेड कबड्डी दा। रेड पैगी ते भाई कर दे गल, लाओ सामने रेड पैगी खेड दे मैदान विच, ते बूटिया दुनिया कहिंदी ना ते सच्चे पातशाह आप ही जाणदा, नामां विच कुछ नहीं रखा, नाम तां उसे ने दित्ते वड्याई, वाहिगुरु वाहिगुरु मेहर करदा भाई निर्मल सिंह जी वड्डा माण प्यार। उधरले बने हीरा खूह वाला गुरलाल कनेडा ते राजविंदर खूह वाला साडा वीर ते गुरनैब गिल, इन्हां वीरां दे वड्डे रोल ने, सारी प्रबंध कमेटी और सारे वीर अज दा फाइनल चोटी दा मेरे मित्रो, आओ कहिंदे चोटी दा 31 हजार, आओ 1.25 लाख आ नहीं रुकदा आओ नंबर 16 वाला, आओ सामने आ नहीं रुकदा रोकिया भी नहीं रुकदा, पर बिकी कप्यार वाला कबड्डी पाउण आ गया। उधरले बन्ने मोंटी आस्ट्रेलिया ते सुखा दवाई कहिंदे गोपी दे इको जफे दा 1000, इको जफे दा 1000, अर्श दा इको जफा 1100 दा, वीर जरनैल गिल भाणेगा ते आकाश फौजी इन्हां वल्लों अर्श दा इको जफा 1100 दा, इको जफा 1100 दा। उधर जगदीप यूएसए इथे जगजीत यूएसए च रहिंदा केवल सिंह दा पुत्तर भाई कहिंदे बहुत बहुत धन्नवाद सी दोही पासी 5500 गुरचरण भाई वड्डे भरा गुरनैब गिल दा धन्नवाद करदी जरा सारियां टीमां बनाउण दे विच वड्डा रोल वड्डे भरा गुरनैब गिल दा। आओ सामने ਪੋਪਰ ਵਾਲਾ ਪੋਪਰ ਵਾਲਾ ਪੋਪਰ ਵਾਲਾ ਲਿਖਿਆ ਗਿਆ ਨਾ ਲਿਫਾਫੇ ਤੇ
अमरजीत सिंह की गल भरा का धन्यवाद करते हैं। कहते सिरे दीआं टीमां वीर ने रल के बनाईआं भीम दी कोरेड गुरलाल कनेडा कहता एक रेट का 500 दे देंगे पैगी रेट से बाई कर दे गल एक रेट से 500 रुपया भीम की कबड्डी पई हुई है। उधर बूटा छोटा वीर कहता भाई गुरनैब सिंह गिल का धन्यवाद कर दिए गह कटवा जिन्हें कहते बल्ले बल्ले घराती टीम सिरे दियां बनवातिया पर एक गोपी है आओ गोपी का जफा उधर पैसे दे दिए भरा बन के गुरप्रीत गिल साडा वीर आना जिहड़ा 2024 दे विच कहिंदे वी कप होवेगा ओह कप दे बैस्ट रेडर नूं मोटरसाइकिल गुरप्रीत सिंह दी गल डेयरी वाले देणगे ते दूजा मोटरसाइकिल गुरनैब इंद्रजीत सिंह जी वड्डे वीर ने साडे इंद्रजीत सिंह जी कोना कनेडा और नाल सिमरनजीत सिंह जी साडे वीर भाई चन्नी खटड़े होरी जिहड़े कहिंदे ट्रकां दे ड्राइवरी लाइसेंस टोरंटो च बणाउंदे आ लंबे टाइम तो कहिंदे स्कूल चलदा भरावां दा आ भीम दी कबड्डी दे गर्जर भाई कर दे गल 500 दी भीम कबड्डी पाउण दे आ गया मैच ऐन आखरी पलां ते खेडिया जा रहा आ सामने चार जाफी बबले वेख लै आ दिलबाग दे पिंडां दा पर हरमन जलालपुरी आ जलालपुरी जलालपुरी वाला भी भीमा पैसे भीम दे काके फड़ के लै जी मक्खण संधू दा रेशम चंबे दा ਮੈਂ ਗੱਡਮਾਨ ਧੰਨਵਾਦ ਕਰ ਦਈਏ ਮਾਂ ਵੀਰ ਸਾਡਾ ਅਮਰਵੀਰ ਸਰਪੰਚ ਹੈ ਪਮਨ ਹੈ ਵੱਡਾ ਬਾਈ ਸਾਡਾ ਨਾਲ ਪਵਿੱਤਰ ਹੈ ਸੱਤਾ ਫਿਰੋਜ਼ਪੁਰੀ ਆ ਨਾਲ ਕਹਿੰਦੇ ਅਮਨ ਨਿਊਜ਼ੀਲੈਂਡ ਤੇ ਨਾਲ ਪ੍ਰੀਤ ਨਿਊਜ਼ੀਲੈਂਡ ਤੇ ਜੈਜ ਨਿਊਜ਼ੀਲੈਂਡ ਆਹ ਵੀਰਾਂ ਦੀ ਟੀਮ ਹੈ ਇਧਰਲੇ ਬੰਨੇ ਆ ਯਾਦ ਵਾਲੇ ਇੱਕ ਪਾਸਾ ਕਰੀ ਆਉਂਦੇ ਆ ਆ ਯਾਦ ਵਾਲੇ ਇੱਕ ਪਾਸਾ ਕਰੀ ਆਉਂਦੇ ਆ ਆਜ਼ਾਦ ਵਾਲੇ ਉਧਰ ਗੁਰਸੇਵ ਸਾਹਿਬ ਦੀ ਸਮਾਪਤ बोले श्री अकाल जगदीप यूएसए और वाहेगुरु की मेहर ना मेला बिन बिघन संपूर्ण होया सच्चे पातशाह की मेहर रही है सट पेड़ तो भी बचा रहा है वाहेगुरु इदा ही बचा रखे ये योधे जड़े है हसते खेड़ते चंगे लगते है और माझा कबड्डी टीवी का पंजाब लाइव नंबर 1 का 24 वाले वीर का गया कड़वा धन्यवाद सतगुर बैरीगेट ते नाल प्रीत लाइट साउंड ते नाल कहिंदे धन्यवाद है खालसा टेंट हाउस का वाहेगुरु वाहेगुरु। हाँ जी हाँ जी दस दिए हम जेतू टीम दसो जी दसो आजाद कबड्डी क्लब न्यूजीलैंड की टीम के नंबर ने आजाद कबड्डी क्लब न्यूजीलैंड की टीम के नंबर 39 ते श्री गुरु अर्जन देव जी स्पोर्ट्स कबड्डी क्लब चोला साहब की टीम के नंबर ने 29 ते कहिंदे 39 दे नाल अज दे मेले की जिहड़ी विनर टीम है वह सत्ते फिरोजपुरी की कहिंदे टीम बनाई हुई विनर है अमरवीर सरपंच पमन पवित्र होरां दी टीम नाल काके कलेर दा ते रेशम चम्मे दा मक्खण संधू दा गया गड़मा धन्यवाद करते हैं और अज दे मेले की विनर टीम जिहड़ी आ वह आजाद कबड्डी क्लब न्यूजीलैंड ते दूजे नंबर ते जिहड़ी टीम है सत्ता साडा वीर है खैरा कनेडा वाला ते राणा प्रधान सुखा रनावा कुक टायर ते नाल साडे वड्डे भाई कीपा टांडा अमरीका ते करन कलवीर उन्हां दी टीम है दूजे नंबर ते रही है। हुण आपां बैस्ट रेडर ते हीरा जी जाफी दसांगे भरा बन के चाचा लखणगे पड्डे। हां जी वाहिगुरु जी का खालसा वाहिगुरु जी की फतेह। सारे वीरां नूं बेनती है कि इधर जिधर कैमरे लगे इस पासे नूं आ जाओ। सो एक तां जिहड़ा टीमां दे मान सन्मान होणे ने ते दूसरा ये जिहड़ा टूरनामेंट आ सारे। हां जी कबड्डी कप वड्डे वड्डे भाई इक्को मिंट दे दिओ अज दे मेले दा बैस्ट जिहड़ा जाफी है पहला दस दिए वीर बन के बोपर वाले इशारे दे कहिंदे 16 टच 6 जफे ते बब्बू झनेड़ी दे 11 टच ते 8 जफे आ मेरे मित्रों अज दे मेले दा बैस्ट जाफी जिहड़ा ओह बब्बू झनेड़ी एक वारी ताड़ी मार दे मल लई अज दे मेले दा बैस्ट रेडर दुबली वाले भीम ने 15 रेडा पा के 12 नंबर प्राप्त किए आ ते अज दे मेले दा दुबली वाला भीम बैस्ट रेडर ताड़ी मार दे दर्शक वीरो अज दे मेले दा दुबली वाला भीम बैस्ट रेडर है। और साडा वीर गुरसेवक गिल बूटे वाला नाल साडा वीर देबा सरा ते गुरकीरत संधू गोरा साडा वीर ते सत्ता सुर सिंह ते नाल वीर है अमरवीर सरपंच। हाँ शहरा बोपर वाला ज्वाइंट है टीम की सहमति दे नाल बैस्ट जाफी बाबू झनेड़ी ते बोपर वाला शहरा साडा भरा माइक साडे गिल साहब दे हवाले। हाँ जी जिन्हें भी
संगत रूप जरनैल सिंह जी साडे वीर भाणेगा दे नाल आकाश फौजी बहुत प्यार मान सत्कार बैग गल साहब जी दे हवाले उन्होंने सारिया ने वधाइयां दित्तियां जिहड़े बाहर लाइव वेख रहे सी वीर उन्होंने भी और जिहड़े इत्थे आए सी पर मैं बेनती करदा जे ये टूरनामेंट वधिया आया जे कबड्डी कप वधिया आया ते पहला जिहड़ा गुरु ग्रंथ साहब महाराज का हथ ते महापुरशां का आशीर्वाद ते जिन्हां ने NRI भरावां ने और साडे पतवंतियां ने सानू साथ दिता है ते ये सब गुरु के संगत विच आके उस रूप विच आके जिन्हां ने एडा वड्डा माण दिता है ये सेहरा सारा उन्हां नू जांदा है खास करके साडे इलाके दे मुलाजम वीर फौजी वीर NRI भराओ ये तुहाडे करके सारा कुछ संभव होया है बहुत मैसेज आए हैं वट्सअप से बाहरों के टूरनामेंट एक कबड्डी कप इस तरह का कबड्डी कप अज तक नहीं होया ये साढ़े को मैसेज ने जिस तरह वीर सुखदेव सिंह हांगकांग साढ़े दुबई वाले वीर ने मैसेज किए पर भराओ जिते महापुरशों का आशीरवाद से बाबे शहीदों की कृपा से उत्थे तुहाडा वीर का योगदान ये सेहरा तुहानू NRI भरावां नू जांदा है सो असी क्लब वालों संगत वालों इलाके वालों ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਨੂੰ ਮੁਬਾਰਕ ਬਹੁਤ ਬਹੁਤ ਧੰਨਵਾਦ ਜੀ ਦਾ ਸੇਰਾ ਤੁਹਾਨੂੰ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਆਪਾਂ ਪ੍ਰਾਈਜ਼ ਦੇਵਾਂਗੇ ਮੱਲੀ ਬਾਂਸਰ ਗਰੁੱਪ ਦਾ ਧੰਨਵਾਦ ਆ ਸਾਰੀ ਟੀਮ ਦਾ ਸਾਡੇ ਸਾਰੇ ਵੀਰ ਹੈ ਨਾਲ ਧੰਨਵਾਦ ਕਰਦੇ ਹਾਂ ਸਾਰੇ ਰੈਫਰੀ ਭਰਾਵਾਂ ਦਾ ਸਾਰੇ ਬੁਲਾਰਿਆਂ ਦਾ ਪ੍ਰੀਤ ਲਾਈਟ ਸਾਊਂਡ ਸਤਗੁਰ ਬੈਰੀਗੇਟ ਪੰਜਾਬ ਲਾਈਵ ਨੰਬਰ 1 ਔਰ 24 ਤੇ ਨਾਲ ਮਾਝਾ ਟੀਵੀ ਦੇ ਗੁਰਮੀਤ ਭਰਾ ਸਾਡਾ ਮੱਲਾਂ ਵਾਲੇ ਥਾਣੇ ਦੀ ਮਾਂ ਇੱਕ ਕਿਊਟ ਜਿਹਾ ਮੁੰਡਾ ਸਾਡੀ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ SHO ਸਾਹਿਬ ਜੀ ਦਾ ਤੇ ਨਾਲ ਗੁਰਸੇਵ ਕਵਲਟੋਆ ਔਰ ਕਬੱਡੀ 0033 ਪੇਜ ਵਾਲੇ ਭਰਾ ਦਾ ਜਿੰਨੇ ਵੀ ਸਾਡੇ ਪੇਜਾਂ ਵਾਲੇ ਵੀਰ ਨੇ ਸਾਰਿਆਂ ਦਾ ਧੰਨਵਾਦ ਆ ਬਾਈ ਜੀ ਹੁਣ ਆਪਾਂ ਟੀਮਾਂ ਨੂੰ ਪ੍ਰਾਈਜ਼ ਦੇਵਾਂਗੇ ਪੰਜਾਬ ਸਿੰਨੀ ਮਨੀਲਾ ਸਾਡਾ ਬਾਈ ਹੈ ਵੱਡਾ ਧੰਨਵਾਦ ਆ ਸਾਡੇ ਵੀਰ ਦਾ ਜਾਂਦਾ ਵਸਦਾ ਰਵੇ ਸਾਡਾ ਵੀਰ ਚੇਤੇ ਤੌਰ ਤੇ ਮਨੀਲਾ ਤੋਂ ਪੁੱਜਿਆ ਹਾਂ ਟੋਲ ਲਾ ਲਓ ਟੋਲ ਬੰਦ ਕਰੋ ਭਰਾ ਬਣ ਕੇ ਬੂਟੇ ਬੂਟੇ ਇੱਕ ਮਿੰਟ ਯੁਵਕ ਸਵਾਵਾਂ ਕਲੱਬ ਵੱਲੋਂ ਜੋ 24 ਦੇ ਵਿੱਚ ਟੂਰਨਾਮੈਂਟ ਹੋਣਾ ਹੈ ਉਹਦੇ ਸਾਡੇ ਕੋਲ ਦੋ ਵੀਰ ਆਏ ਇੱਕ ਸਾਡਾ ਵੀਰ ਓਮਕਾਰ ਸਿੰਘ ਗਿੱਲ ਔਰ ਦੂਜਾ ਇੰਦਰਜੀਤ ਸਿੰਘ ਘੋਨਾ ਕੈਨੇਡਾ ਤੇ ਗੋਪੀ ਡੇਰੀ ਵਾਲਾ ਉਹਨਾਂ ਨੇ ਬੈਸਟਾਂ ਨੂੰ ਉਹ ਮੋਟਰਸਾਈਕਲ ਦੇਣੇ ਆ 2024 ਦਾ ਜਿਹੜਾ ਕਬੱਡੀ ਕੱਪ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਯੁਵਕ ਸਵਾ ਕਲੱਬ ਵੱਲੋਂ ਕਰਾਇਆ ਜਾਣਾ ਹੈ ਉਹਦੇ ਬੈਸਟਾਂ ਦੇ ਦੋ ਮੋਟਰਸਾਈਕਲ ਓਮਕਾਰ ਸਿੰਘ ਗਿੱਲ ਸੁਭਰਾ ਤੇ ਸਾਡਾ ਵੀਰ ਸਾਡਾ ਭਤੀਜਾ ਇੰਦਰਜੀਤ ਸਿੰਘ ਘੋਨਾ ਕੈਨੇਡਾ ਤੇ ਨਾਲ ਉਹਨਾਂ ਦੇ ਹੋਊਗਾ ਗੋਪੀ ਡੇਰੀ ਵਾਲਾ ਇਹ ਮੋਟਰਸਾਈਕਲ 24 ਚੋਣਾਂ ਵੱਲੋਂ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੱਤਾ ਢਿੱਲੋ ਜੀ ਮਿਲਣ ਆਪਣੇ ਸਾਥੀਆਂ ਨੂੰ ਸੱਤਾ ਢਿੱਲੋ ਆ ਗਿਆ ਬਹੁਤ ਬਹੁਤ ਧੰਨਵਾਦ ਹੁਣ ਦੋਨੋਂ ਟੀਮਾਂ ਪ੍ਰਾਈਜ਼ ਲੈਣਗੀਆਂ ਯੁਵਕ ਸਵਾਵਾਂ ਕਲੱਬ ਦੇ ਸਾਰੇ ਅਹੁਦੇਦਾਰ ਵੀਰਾਂ ਨੂੰ ਕਹਾਂਗੇ ਵੀ ਫਸਟ ਔਰ ਸੈਕੰਡ ਪ੍ਰਾਈਜ਼ ਦਿੱਤੇ ਜਾਣਗੇ ਟੀਮਾਂ ਨੇੜੇ ਆ ਜਾਣਗੀਆਂ ਤੇ ਸਾਰੇ ਪ੍ਰਬੰਧਕ ਮਿਲ ਕੇ ਕਿਉਂਕਿ ਬਾਬਾ ਜੀ ਦੀ ਰਹਿਨਮਾਈ ਹੈ ਜੋ ਕੰਮ ਹੁੰਦੇ ਬਾਬਾ ਜੀ ਦੀ ਰਹਿਨਮਾਈ ਦੇ ਵਿੱਚ ਹੁੰਦੇ ਹੈ ਸੰਗਤ ਉਪਰਾਲਾ ਕਰਦੀ ਇਲਾਕਾ ਉਪਰਾਲਾ ਕਰਦਾ ਜਲਦੀ ਪ੍ਰਾਈਜ਼ ਦਿੱਤੀ ਹਰਭਜਨ ਸਿੰਘ ਜੀ ਗਿੱਲ ਸਾਹਿਬ ਹਾਂਜੀ ਹਾਂਜੀ ਬੋਲੋ ਜੀ ਅਮਰਜੀਤ ਸਿੰਘ ਜੀ ਦੇਈਏ ਆਪਾਂ ਪ੍ਰਾਈਜ਼ ਟੀਮਾਂ ਨੂੰ ਆਜੋ 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 ਕਬੱਡੀ ਕੱਪ ਮੇਰ ਸਿੰਘ ਜੀ ਕੱਪ ਦੇ ਕੋਲੇ ਆਜੋ ਮੇਰੇ ਵੀਰ ਗੁਰਵਿੰਦਰ ਸਾਡਾ ਵੀਰ ਵੱਡੇ ਮਾਣ ਹੈ ਦੋਨੋਂ ਟੀਮਾਂ ਨੇੜੇ ਆ ਦਾਇਰਾ ਖੁੱਲਾ ਕਰ ਲਓ ਤੇ ਦੋਨੋਂ ਟੀਮਾਂ ਆਜੋ ਬਾਈ ਖਿਡਾਰੀ ਵੀਰਾਂ ਨੂੰ ਬੇਨਤੀ ਆ ਤੁਸੀਂ ਥੱਲੇ ਬੈਠ ਜਾਓ ਸਾਡੇ ਕਲੱਬ ਦੇ ਸਰਪ੍ਰਸਤ ਸਰਦਾਰ ਹਰਜਿੰਦਰ ਸਿੰਘ ਜੀ ਹਾਂਗਕਾਂਗ ਔਰ ਸਰਦਾਰ ਗੁਰਬਖਸ਼ ਸਿੰਘ ਜੀ ਉਹਨਾਂ ਦੇ ਨਾਲ ਆਏ ਨੇ ਸੋ ਖਿਡਾਰੀਆਂ ਨੂੰ ਬੇਨਤੀ ਆ ਤੁਸੀਂ ਥੱਲੇ ਬੈਠ ਜਾਓ ਕਲੱਬ ਵਾਲੇ ਵੀਰਾਂ ਨੂੰ ਬੇਨਤੀ ਆ ਸਾਰੇ ਇੱਥੇ ਨੇੜੇ ਆ ਜਾਓ ਇੱਕ ਲੱਖ 25,000 ਦਾ ਜਿਹੜਾ ਫਸਟ ਪ੍ਰਾਈਜ਼ ਆ ਉਹ ਸਾਡੇ ਸਤਿਕਾਰਯੋਗ ਹਰਜਿੰਦਰ ਸਿੰਘ ਜੀ ਹਾਂਗਕਾਂਗ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਜੀ ਅਸੀਂ ਧੰਨਵਾਦੀ ਹਾਂ ਸੈਕਿੰਡ ਪ੍ਰਾਈਜ਼ 1,00,000 ਰੁਪਇਆ ਸਰਦਾਰ ਜਗਜੀਤ ਸਿੰਘ ਜੀ USA ਉਹਨਾਂ ਦਾ ਪਰਿਵਾਰ ਸਰ ਕੇਵਲ ਸਿੰਘ ਜੀ ਮਿਲ ਕੇ ਦੇ ਰਹੇ ਨੇ 1,00,000 ਰੁਪਇਆ ਤੇ ਨਾਲ ਕੱਪ ਸਮੁੱਚੇ ਕਲੱਬ ਦੇ ਨੌਜਵਾਨ ਵੀਰ
ਪੰਜਾਬ ਸਿੰਘ ਜੀ ਆ ਜਾਓ ਨੇੜੇ। ਹਾਂ ਕੱਲ ਹੋਇਆ ਬਾਕਾ ਗੋਪੀ ਨੂੰ ਪਤਾ ਗੋਪੀ ਇੱਥੇ ਸੀਗਾ। ਵਾਹਿਗੁਰੂ। ਇਹ ਜਿਹੜਾ ਸੈਕਿੰਡ ਪ੍ਰਾਈਜ਼ ਆ ਇਹ ਸਾਡੇ ਵੀਰ ਜਗਜੀਤ ਸਿੰਘ ਜੱਟਾਂ ਵਾਲੀ USA ਉਹਨਾਂ ਵੱਲੋਂ 1.5 ਲੱਖ ਰੁਪਇਆ ਦਿੱਤਾ ਸੀ ਕਲੱਬ ਨੂੰ, ਉਹਦੇ ਵਿੱਚੋਂ 1 ਲੱਖ ਰੁਪਇਆ ਜਿਹੜਾ ਉਹ ਸੈਕਿੰਡ ਪ੍ਰਾਈਜ਼ ਦਿੱਤਾ ਜਾ ਰਿਹਾ ਜੀ। ਸੈਕਿੰਡ ਪ੍ਰਾਈਜ਼ ਦਿੱਤਾ ਜਾ ਰਿਹਾ 1 ਲੱਖ ਰੁਪਇਆ। ਬੈਸਟ ਰੇਡਰ ਤੇ ਬੈਸਟ ਜਾਫੀ ਦੋਨੋਂ ਸਟੇਜ ਦੇ ਕੋਲ ਆ ਜਾਣ। ਬੈਸਟ ਰੇਡਰ ਬੈਸਟ ਜਾਫੀ ਤੇ ਬੈਸਟ ਜਾਫੀ ਦੋਨੋਂ ਆ ਕੇ ਆਪਣੇ ਕੱਪ ਲੈਣਗੇ ਨਾਲ 31,000 ਰੁਪਇਆ। ਹਸ਼ਿਆਰਾ ਬੁੱਪਰ ਹੈ, ਬੱਬੂ ਹੈ, ਸਾਰੇ ਮਿਲ ਕੇ ਜਿਹੜਾ ਪਿਆਰ ਕਬੂਲ ਰਹੇ ਨੇ। ਜਿਹੜਾ ਇੱਕ ਬੈਸਟ ਨੂੰ 31,000 ਰੁਪਇਆ ਦਿੱਤਾ ਜਾਣਾ ਉਹ ਸਾਡੇ ਵੀਰ ਜਸਕਰਨ ਸਿੰਘ ਖਹਿਰਾ ਬੂਟੇ ਵਾਲਾ ਕਨੇਡਾ ਉਹਨਾਂ ਵੱਲੋਂ ਦਿੱਤਾ ਜਾਣਾ ਹੈ। ਜਸਕਰਨ ਸਿੰਘ ਖਹਿਰਾ ਕਨੇਡਾ ਗੁਰਨੇਵ ਸਿੰਘ ਜੀ ਰਹਿੰਦੇ ਸਨਮਾਨ ਕਰੀਏ ਆਪਾਂ ਬੂਟੇ ਇੱਥੇ ਨੇੜੇ ਆ ਬੂਟੇ ਵੀਰ ਬੂਟਾ ਉਮਰੀਆਣਾ ਸਾਡਾ ਵੀਰ ਇਹ ਵੀ ਸਾਡੇ ਕਲੱਬ ਦਾ ਇੱਕ ਹਿੱਸਾ ਹੀ ਹੈ ਸਾਰੇ ਬੂਟਾ ਜੀ ਆ ਜਾਓ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਹਾਂਗਕਾਂਗ ਇਸ ਕਬੱਡੀ ਕੱਪ ਦੇ ਸਰਪ੍ਰਸਤ ਨੇ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉੱਗੇ ਸਮਾਜ ਸੇਵਕ ਨੇ ਇੱਕ ਚੰਗੇ ਇਨਸਾਨ ਵਜੋਂ ਦੁਨੀਆਂ 'ਚ ਜਾਣੇ ਜਾਂਦੇ ਹੈ ਜਿਹਨਾਂ ਵੱਲੋਂ 1,25,000 ਰੁਪਇਆ ਦਿੱਤਾ ਗਿਆ ਉਹਨਾਂ ਦਾ ਵਿਸ਼ੇਸ਼ ਸਨਮਾਨ ਸਾਡੀ ਯੋਗ ਸੇਵਾਵਾਂ ਕਲੱਬ ਵੱਲੋਂ ਕੀਤਾ ਗਿਆ ਗੁਰੂ ਸਾਹਿਬਾਨਾਂ ਦੀ ਵੱਡੀ ਫੋਟੋ ਦੇ ਨਾਲ। ਹਾਂਜੀ ਸਰਪੰਚ ਸਾਹਿਬ ਹੋਰ ਕਿਹਨਾਂ ਦੇ ਮਾਨ ਸਨਮਾਨ ਤੁਸੀਂ ਬੋਲ ਦਿਓ ਤਾਂ ਮੈਂ ਬੋਲ ਦੇਣਾ। ਲਓ ਜੀ ਲਓ ਮਾਨ ਸਨਮਾਨ ਸਰਦਾਰ ਗੁਰਬਖਸ਼ ਸਿੰਘ ਜੀ ਕਹਿਰੋਂ ਸਾਹਿਬ ਸਾਡੇ ਵਿੱਚ ਸਵੇਰ ਤੋਂ ਲੈ ਕੇ ਪੁੱਜੇ ਹੋਏ ਆ ਉਹਨਾਂ ਦਾ ਮਾਨ ਤੇ ਸਨਮਾਨ। ਹਾਂ ਮੇਲਾ ਕਮੇਟੀ ਕਹਿੰਦੀ ਤੁਹਾਡੇ ਲਈ ਧੰਨਵਾਦ ਤਾਂ ਕਰ ਰਹੇ ਤੁਹਾਡਾ ਤੁਸੀਂ ਸਮਾਂ ਕੱਢਦੇ ਹੋ ਸਾਡੇ ਲਈ ਵਿਸ਼ੇਸ਼ ਮਾਨ ਤੇ ਸਨਮਾਨ। ਰੁਕਣਗੇ ਜੀ ਰੁਕਣਗੇ। ਲਓ ਜੀ ਮਾਨ ਸਨਮਾਨ ਕਰੀਏ ਆਪਾਂ ਵਾਹਿਗੁਰੂ। ਸਾਡੇ ਵੀਰ ਸਰਪੰਚ ਨਿਰਮਲ ਸਿੰਘ ਆਲੇਵਾਲਾ ਉਹਨਾਂ ਦਾ ਸਨਮਾਨ ਕਲੱਬ ਵੱਲੋਂ ਕੀਤਾ ਜਾ ਰਿਹਾ ਜੀ, ਬਹੁਤ ਬਹੁਤ ਧੰਨਵਾਦ। ਸਰਦਾਰ ਸੁਖਦੇਵ ਸਿੰਘ ਢਿੱਲੋ ਫਤਿਹਵਾਲਾ ਉਹਨਾਂ ਨੂੰ ਬੇਨਤੀ ਹੈ। ਸਰਦਾਰ ਸੁਖਦੇਵ ਸਿੰਘ ਢਿੱਲੋ ਫਤਿਹਵਾਲਾ ਚਲੋ ਜੀ ਲਿਓ ਅੱਗੇ ਜਲਦੀ ਜਲਦੀ ਲਿਓ ਮੇਰੇ ਵੀਰ। ਹੈਲੋ ਪ੍ਰੀਤ ਜੀ ਮਾਈਕ ਲੈ ਲਓ ਮੇਥੋਂ ਗੁਰਚਰਨ। ਹਾਂਜੀ ਹਾਂਜੀ ਗੁਰਚਰਨ ਮੈਕ ਫੜੀ ਜ਼ਰੂਰ ਮਾਨ ਸਨਮਾਨ ਲੈ ਕੇ ਜਾਣਗੇ ਸਾਰੇ ਭਰਾਵਾਂ ਨੂੰ ਜਿਵੇਂ ਜਿਵੇਂ ਅਸੀਂ ਦੇਵਾਂਗੇ ਮਾਨ ਸਨਮਾਨ ਉਹਨਾਂ ਦੇ ਨਾਮ ਅਨਾਊਂਸ ਕਰਾਂਗੇ।
विशेष सन्मान साढ़े सरदार हरभजन सिंह जी गिल साहब प्रधान उन्हों का किया जा रहा है। डॉक्टर करनैल सिंह जी साढ़े सरदार अमरजीत सिंह जी सारिया साड़िया सत्कारयोग रूहां ने। सरदार मेहर सिंह जी बहुत सत्कारयोग शख्सियत है, भरावां का नाम है इलाके दे विच, उन्हों का सन्मान हो रहा। सर मेहर सिंह जी यारां दे यार हरभजन सिंह बोलोगे। साढ़े सत्कारयोग वीर जथेदार निंदर सिंह जी जिन्होंने वड्डा योगदान दिता है युवक सेवावां क्लब नूं, उन्हों का सन्मान हो रहा जी। धन्नवाद जथेदार निंदर सिंह जी। जथेदार नरेंद्र सिंह जी का सम्मान हो जी। अगे जी अगे वीर बोलो जी। वीर निर्मल सिंह बिल्ला जिन्हों का वड्डा योगदान है क्लब दे विच, उन्हों का सम्मान हो रहा जी। जी आया नू सर निर्मल सिंह जी बिल्ला उन्हों का विशेष सम्मान इस अगे जी। आओ जी आओ आओ जिन्हों जिन्हों वीर का योगदान है उन्होंने। डॉक्टर करनैल सिंह जी आओ जी। साढ़े डॉक्टर करनैल सिंह जी मेडिकल स्टोर वाले। डॉक्टर करनैल सिंह जी वड्डा योगदान है इन्हां वीरां दा जी आया नू। चलो गुरप्रीत सिंह नेड़े आ जाओ नेड़े सारे भरा तुहानूं पता ही सन्मान होना है मेहनत कीती है। वीर गुरप्रीत सिंह डेयरी वाले हुण तां वीर साडा आड़तिया भी आ। सो वड्डा योगदान है वीर का, बहुत मेहनत की इस नौजवान ने। सो धन्नवादी हैं जी। दूजे वीर बेनती है वह भी आओ जी अगे आ जाए। हरभजन सिंह जी तुम ना अनाउंस कर दो, तुम्हें पता ही है उस हिसाब से फिर तुरे आएंगे। ठीक है जी आ जाओ मेरे वीर अमरजीत सिंह गिल। हाँ गिल साहब आओ जी। सर अमरजीत सिंह जी गुरनैब सिंह गिल गुरविंदर सिंह डल्लेका साढ़े वीर गुरविंदर सिंह गिल जो साडे प्रधान भी ने कोपरेट सोसाइटी दे, बहुत मेहनत की वीर ने वड्डा योगदान दिता है जीओ आया नू। अमरजीत सिंह जी तुहाडा सन्मान। वीर गुरसाहब सिंह गिल उन्हां दा सन्मान हो रहा क्लब वालों जीओ आया नू। गुरसाहब सिंह गिल उस तो बाद गुरनैब सिंह गिल अमरजीत सिंह गिल गुरनैब सिंह जी गिल साहब उन्हां दा कह कडवा धन्नवाद है। बूटा पहला भी कह रहे थे बाई ने कहता बहुत वड्डा सहयोग किया है, दो टीम तैयार की है, बहुत वड्डा धन्यवाद। बड़ी मेहनत की बाई हरभजन सिंह जी आप ही दस रहे हैं। सरदार अमरजीत सिंह उन्होंने सम्मान हो रहा। सरदार अमरजीत सिंह जी उन्होंने विशेष सम्मान। बेचक समा थोड़ा सी पर इन्होंने वीर ने दिन रात एक करके सारे क्लब वाले वीर ने यह योगदान पाया। वीर कुलदीप सिंह कितने है? कुलदीप सिंह गिल कुलदीप सिंह जी गिल साहब आ जाओ। गिल साहब जी सम्मान रह गया लियाओ फट के ओ लियाओ शील्ड लियाओ नाल तुहाडा। आओ जी गिल साहब सरदार कुलदीप सिंह गिल साडा वीर वड्डा योगदान पाया ते मेहनत भी कीती है नाल। वीर ने इन्हां सारयां दी मेहनत रंग लियाई है और नाल साडे क्लब दे सरप्रस्त साढ़े सत्कारयोग सरदार हरजिंदर सिंह जी। तुसी सारे वीर लाइव इन्हां दे दर्शन कर रहे हो, साढ़े कोल शब्द नहीं इन्हां दा धन्नवाद जिन्हां नाल असीं कर सकीए। 1,25,000 रुपये का जिहड़ा फस्ट प्राइज सीगा वह इन्हां ने दिता है। सो जिस तरह साडा वीर जगजीत USA जट्टां वाली वाला उन्होंने 1,50,000 रुपया भेजा सी। सो 1,00,000 रुपया उन्हों की अमानत विचों उन्हों की सेवा विचों आपां सैकंड प्राइज दिता है। सो बहुत बहुत धन्यवाद सारे NRI भरावां दा सत्कारयोग। अगे सरवान जी। हाँ जी मास्टर अमरजीत सिंह साढ़े DP साहब। DP साहब जी मास्टर अमरजीत सिंह DP साहब मास्टर अमरजीत सिंह जी DP साहब इलाके का माण है उन्हों का विशेष सन्मान। सो आओ जी DP साहब बहुत मेहनत की है DP साहब उन्होंने क्योंकि इन्हां वीरां दे सिर ते सानू ग्राउंड का कोई फिक्र नहीं हुंदा, इन्हां दा वड्डा योगदान है। सो
हाँ मंगा लो गुरनैब गुरनैब सिंह जी भाई हरभजन सिंह ने संपर्क बनाया जी बूटा साडा वीर छोटा अंगरियाणा आएगा राजवीर सिंह वाला सुखराज रोडे नाल साडे रेफरी सारे भरावां दा गह गडवा धन्नवाद भरावां वल्लों है युवक सभावां क्लब वल्लों सवेर तो लैके सारिआं ने पूरा साथ निभाया बूटे वीर सन्मान लै लईए पूरे युवक सभावां क्लब ते साडे सरप्रस्त ने सरदार हरजिंदर सिंह जी हांगकांग जगजीत सिंह जी यूएस साडा वीर जसकरण सिंह खैरा बूटे वाले पिंड तो वीरो एक मैं जरूरी बेनती कल भी थोड़ा समा लिया से अज साडे सरप्रस्त ने सो इन बारे मन नूं बहुत दुख होया कल भी मैं बेनती की सी ये वीर कनेडा गया है और बेस्ट का इन्हें बेस्ट रेडर का जिन्ना प्राइस 31,000 रुपया वीर ने भेजा दुख की गल आ अज तो 8-9 दिन पहला 10 दिन पहला इन्हां दे सत्कारयोग पिता जी साडे वड्डे वीर सुखदेव